ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ, ਰੇਡੀਓ ਸਿੰਘਨਾਦ ਜੋ ਕੌਮ ਦੀ ਆਵਾਜ਼, ਤੁਹਾਡੀ ਆਪਣੀ ਆਵਾਜ਼, ਰੇਡੀਓ ਸਿੰਘਨਾਦ ਜਿਸ ਦੀ ਮਿਸ਼ਨ ਸਟੇਟਮੈਂਟ ਪੈ ਕਾਹੋ ਕੋ ਦੇ ਤਨੈ ਨਹਿ ਪੈ ਮਾਨੰਦ ਆਨ, ਜੋ ਕੌਮੀ ਚੇਤਨਤਾ, ਖਾਲਸਾਈ ਵਿਰਸਾ, ਸਿੱਖ ਸੱਭਿਆਚਾਰ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਵਿੱਚ ਹਮੇਸ਼ਾ ਤਤਪਰ ਰਹਿੰਦਾ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਪ੍ਰੋਗਰਾਮ ਨਹੀਂ ਹੋ ਸਕੇ ਉਹਦਾ ਕਾਰਨ ਜੋ ਸਿੰਘਨਾਦ ਰੇਡੀਓ ਦੇ ਸੋਸ਼ਲ ਨੈਟਵਰਕਿੰਗ, ਖਾਸ ਕਰਕੇ ਵਟਸਐਪ ਦੇ ਮਾਧਿਅਮ ਰਾਹੀਂ ਜੁੜੇ ਨੇ, ਉਹਨਾਂ ਨੂੰ ਪਤਾ ਸੀ ਵੀ ਜਿਹੜਾ ਰੇਡੀਓ ਮਿਕਸਰ ਸੀ ਉਹਦਾ ਪਹਿਲਾਂ ਉਹ ਲਿਆਉਣਾ ਪੈਣਾ ਸੀ, ਉਹ ਲਿਆਂਦਾ ਅਤੇ ਫਿਰ ਉਹਨੂੰ ਸੈਟਅਪ ਕਰਨ ਵਾਸਤੇ ਇੰਜੀਨੀਅਰ ਜੋ ਆਇਆ ਉਹਦੇ ਵੱਲੋਂ ਕਾਫੀ ਸਾਨੂੰ ਥੋੜ੍ਹਾ ਡਿਲੇਅ ਹੋ ਗਿਆ, ਉਹਦੇ ਵਾਸਤੇ ਮੁਆਫ਼ੀ ਚਾਹੁੰਦੇ ਹਾਂ। ਹੁਣ ਅਪ ਟੂ ਡੇਟ ਹਾਂ ਆਪਾਂ ਅਤੇ ਇਸ ਬੁੱਧਵਾਰ ਸਾਰੀ ਸੈਟਅਪ ਹੋ ਗਿਆ ਸੀ ਸਿਸਟਮ, ਅਤੇ ਹੁਣ ਪ੍ਰੋਗਰਾਮ ਰੈਗੂਲਰ ਤਕਰੀਬਨ ਹੋਇਆ ਕਰਨਗੇ। ਸਿੰਘਨਾਦ ਰੇਡੀਓ ਤੋਂ ਅੱਜ ਦਾ ਵਿਸ਼ਾ ਜੋ ਤੁਸੀਂ ਸੁਣ ਰਹੇ ਜੀ ਜਾਂ ਸੁਣਨਾ ਹੈ ਆਉਣ ਵਾਲੇ ਕੁਛ ਕੁ ਸਮੇਂ ਦੇ ਵਿੱਚ ਵਿੱਚ ਹੀ, ਉਹ ਟੌਪਿਕ ਹੈ ਲੱਲੂ ਕਰੇ ਕਵੱਲੀਆਂ, ਕਵੱਲੀਆਂ ਲੱਲੂ ਕਰੇ ਕਵੱਲੀਆਂ। ਲੱਲੂ ਦਾ ਮਤਲਬ ਕੀ ਹੈ? ਬੇਵਕੂਫ, ਜਾਹਲ, ਜਾਹਲ ਗੱਲ ਨਹੀਂ ਹੁੰਦੀ। ਹਾਂਜੀ, ਇਹ ਬੰਦੇ ਦਾ ਇੱਕ ਕਰੈਕਟਰ ਹੁੰਦਾ ਹੈ। ਬੇਵਕੂਫ ਮਤਲਬ ਬੇਵਾਕਫ, ਬੇਵਾਕਫ ਜਿਹਨੂੰ ਵਾਕਫੀਅਤ ਕਿਸੇ ਗੱਲ ਦੇ ਸੰਬੰਧ ਵਿੱਚ ਘੱਟ ਹੋਵੇ, ਹਾਂਜੀ, ਅਤੇ ਉਹ ਫਿਰ ਵੀ ਬੋਲੇ ਉਸ ਸੰਬੰਧ ਵਿੱਚ, ਜਿਵੇਂ ਸਾਇੰਸ ਦੇ ਸੰਬੰਧ 'ਚ ਘੱਟ ਜਾਣ ਵਾਲਾ ਸਾਇੰਸ ਵਾਰ ਵਾਰ ਸਾਇੰਸ ਸਾਇੰਸ ਕਰੇ, ਹਾਂਜੀ, ਅਤੇ ਉਹ ਸਾਇੰਟਿਸਟ ਬੰਦਾ ਉਹਨੂੰ ਬੇਵਕੂਫ ਕਹੇਗਾ ਵੀ ਇਹ ਬੇਵਾਕਫ ਹੈ, ਮਤਲਬ ਹੀ ਨੋਜ਼ ਨਥਿੰਗ ਅਬਾਊਟ ਦਿਸ ਸਬਜੈਕਟ, ਪਰ ਅਜੇ ਵੀ ਬੋਲਣੋਂ ਨਹੀਂ ਹਟਦਾ। ਸੋ ਲੱਲੂ ਮਤਲਬ ਬੇਵਕੂਫ, ਜਾਹਿਲ, ਕਰੇ ਕਵੱਲੀਆਂ, ਕਵੱਲਪੁਣਾ ਖਿਲਾਰਨਾ, ਬੇਵਕੂਫੀਆਂ ਮਾਰਨੀਆਂ, ਜਾਹਿਲਪੁਣਾ ਖਿਲਾਰਨਾ, ਕਮਲ ਘੋਟਣਾ, ਕਮਲ ਘੋਟਣਾ, ਕਿਆ ਬਾਤ ਹੈ। ਲੱਲੂ ਕਰੇ ਕਵੱਲੀਆਂ, ਇਹ ਸਾਡਾ ਵਿਸ਼ਾ ਹੈ। ਇਹ ਹੁਣ ਲੱਲੂ ਕੌਣ ਹੈ? ਇਹ ਤੁਹਾਨੂੰ ਅੱਜ ਤੋਂ 2 ਸਾਲ ਪਹਿਲਾਂ ਵੀ ਅਸੀਂ ਦੱਸਿਆ ਸੀ ਵੀ ਹਰ ਬੰਦੇ ਦਾ ਇੱਕ ਸਬਜੈਕਟ ਹੁੰਦਾ ਹੈ, ਉਸ ਸਬਜੈਕਟ 'ਤੇ ਉਹਦੀ ਕਿੰਨੀ ਕੁ ਅਪਰੋਚ ਹੈ, ਉਹਦਾ ਇੱਕ ਦਾਇਰਾ ਹੁੰਦਾ ਹੈ, ਹਾਂਜੀ, ਪਰ ਇਸ ਲੱਲੂ ਨੇ ਹਰ ਸਬਜੈਕਟ ਨੂੰ ਆਪਣਾ ਸਬਜੈਕਟ ਬਣਾ ਲਿਆ। ਫਾਰ ਐਗਜ਼ਾਮਪਲ, ਵਿਆਕਰਨ ਮੇਰਾ ਵਿਸ਼ਾ ਨਹੀਂ ਗੁਰਬਾਣੀ ਦਾ, ਅਤੇ ਮੈਂ ਕੋਸ਼ਿਸ਼ ਨਹੀਂ ਕਰਦਾ ਇਹ 'ਤੇ ਬਹੁਤਾ ਬੋਲਾਂ, ਕਿਉਂਕਿ ਮੈਂ ਵਿਆਕਰਨ ਦੇ ਸੰਬੰਧ ਵਿੱਚ ਬਹੁਤੀ ਮੁਹਾਰਤ ਹਾਸਲ ਨਹੀਂ ਕੀਤੀ, ਹਾਂ ਬੇਸਿਕ ਬਾਰੇ ਜਾਣਕਾਰੀ ਰੱਖਦਾ। ਗੁਰਬਾਣੀ ਫਿਲੋਸਫੀ ਮੇਰਾ ਵਿਸ਼ਾ ਹੈ, ਮੈਂ ਗੁਰਬਾਣੀ ਫਿਲੋਸਫੀ ਦੇ ਸੰਬੰਧ ਵਿੱਚ ਬੋਲਣ ਦੀ ਖੋਜ ਦੀ ਕੋਸ਼ਿਸ਼ ਕਰਦਾ, ਉਹਦੇ 'ਤੇ ਮੈਂ ਬੋਲਦਾ, ਹਾਂਜੀ, ਇਤਿਹਾਸ ਮੇਰਾ ਵਿਸ਼ਾ ਨਹੀਂ, ਟੂਕ ਮਾਤਰ ਜ਼ਿਕਰ 'ਤੇ ਕੀਤਾ ਜਾਂਦਾ ਹੈ, ਜਿਹੜੀਆਂ ਉਹ ਈਵੈਂਟਸ ਜਿਹੜੀਆਂ ਕਿ ਮਤਲਬ ਸਪਸ਼ਟ ਨੇ ਹਰ ਹਿਸਟੋਰੀਅਨ ਵੱਲੋਂ ਮੰਨੀਆਂ ਜਾਂਦੀਆਂ, ਪਰ ਜੇ ਕਿਸੇ ਖੋਜ ਕਾਰਜ ਦੀ ਗੱਲ ਕਰਾਂ ਉੱਤੇ ਮੇਰਾ ਫਰਜ਼ ਨਹੀਂ ਬੋਲਣ ਦਾ, ਕਿਉਂਕਿ ਮੇਰਾ ਵਿਸ਼ਾ ਨਹੀਂ। ਜਿਵੇਂ ਰੋਜ਼ਮਰਾ ਦੇ ਕੰਮ ਦੇ ਵਿੱਚ ਬੰਦਾ ਕਹਿੰਦਾ ਕਾਰਪੈਂਟਰੀ ਕਰ ਲੈਂਦਾ ਜੀ, ਇਲੈਕਟ੍ਰੀਸ਼ੀਅਨ ਕਰ ਲੈਂਦਾ, ਪਲੰਬਿੰਗ ਕਰ ਲੈਂਦਾ, ਆਹ ਕਰ ਲੈਂਦਾ, ਟੈਕਨੋਲੋਜੀ ਕਰ ਲੈਂਦਾ, ਇੰਗਲਿਸ਼ ਵਿੱਚ ਕਹਿੰਦੇ ਆ ਮਾਸਟਰ ਆਫ ਆਲ, ਜੈਕ ਆਫ ਆਲ, ਮਾਸਟਰ ਆਫ ਨਨ, ਵੀ ਜਵਾਲ ਵੀ ਸਾਰਾ ਹੀ ਮੇਰੇ ਕੋਲ, ਮਤਲਬ ਪਲੇਅਰ ਆਫ ਆਲ ਗੇਮ ਬਟ ਮਾਸਟਰ ਆਫ ਨਨ, ਵੀ ਹਰ ਗੇਮ ਖੇਡਦਾ ਪਰ ਕਿਸੇ ਦਾ ਮਾਸਟਰ ਨਹੀਂ। ਇਹ ਲੱਲੂ ਹਰ ਗੇਮ ਖੇਡਣ ਪੈਂਦਾ ਪਰ ਹੈ ਕਵੱਲਾ, ਮਾਰੂਗਾ ਕਵੱਲੀਆਂ। ਉਸ ਲੱਲੂ ਦੇ ਸੰਬੰਧ ਵਿੱਚ, ਉਹਦੀਆਂ ਕਵੱਲੀਆਂ ਦੇ ਸੰਬੰਧ ਵਿੱਚ ਅਸੀਂ ਗੱਲ ਕਰਨੀ ਅੱਜ, ਅਤੇ ਪਿੱਛੇ ਜਿਹੜੀ ਇਹਦੀ ਨਵੀਂ ਵੀਡੀਓ, ਇਹਨੂੰ ਦੌਰਾ ਜਿਹਾ ਪੈਂਦਾ 10 ਸਾਲ ਕੁ ਬਾਅਦ, ਪਹਿਲਾਂ ਵੀ ਅਸੀਂ ਸਾਲ ਕੁ ਪਹਿਲਾਂ ਇਹਦੀ ਤਸੱਲੀ ਬਖਸ਼ ਮੁਰੰਮਤ ਕਿਹਦੀ ਕੀਤੀ ਜਾਂਦੀ ਹੈ, ਜਿਹਦੇ 'ਚ ਵਿਗਾੜ ਪੁਣਾ ਆ ਜਾਵੇ, ਹਾਂਜੀ, ਵਿਗਾੜ ਪੁਣਾ ਜ਼ਿਆਦਾ ਆਇਆ ਸੀ, ਜਿਨ੍ਹਾਂ ਨੂੰ ਗੁਰੂ ਵੀ ਗੁਰੂ ਨਹੀਂ ਲੱਗ ਰਹੇ, ਜਿਨ੍ਹਾਂ ਨੂੰ ਗੁਰੂ ਵੀ ਭੁੱਲਣਹਾਰ ਲੱਗ ਰਹੇ ਸਨ, ਉਹ ਫਿਰ ਵਿਗਾੜ ਪੁਣੇ ਦੀ ਨਿਸ਼ਾਨੀ ਹੁੰਦੀ ਹੈ, ਜਿਹੜੇ ਬੋਲਣ ਲੱਗਿਆਂ ਸੋਚੇ ਨਾ ਉਹ ਵਿਗਾੜ ਪੁਣੇ ਦੀ ਨਿਸ਼ਾਨੀ ਹੁੰਦੀ ਹੈ। ਜਿਵੇਂ ਬਾਣੀ ਨੇ ਬੜਾ ਵਧੀਆ ਨੁਕਤਾ ਸਾਡੇ ਨਾਲ ਸਾਂਝਾ ਕੀਤਾ, ਜੇ ਕੋ ਆਖੇ ਬੋਲ ਵਿਗਾੜ
ਤਾਂ ਲਿਖੀਏ ਤਾਂ ਲਿਖੀਏ ਸਿਰ ਗਵਾਰਾਂ ਗਵਾਰ। ਅਤੇ ਜਿਹੜਾ ਵਿਗਾੜਪੁਣਾ ਹੁੰਦਾ ਵਾ ਉਹ ਗਵਾਰਪੁਣੇ ਨੂੰ ਲੀਡ ਕਰਦਾ, ਜਿਹੜਾ ਵਿਗਾੜਪੁਣਾ ਹੈ ਨਾ ਉਹ ਗਵਾਰਪੁਣੇ ਨੂੰ ਰਿਪ੍ਰਜੈਂਟ ਕਰਦਾ। ਸੋ ਬੇਸਿਕਲੀ ਇਹਦਾ ਵਿਗਾੜਪੁਣਾ ਹੀ ਇਹਨੂੰ ਕਵੱਲਾ ਬਣਾ ਗਿਆ, ਇਹਨੂੰ ਗਵਾਰ ਬਣਾ ਗਿਆ, ਇਹਨੂੰ ਬੇਵਾਕਫ ਬੇਵਕੂਫ ਬਣਾ ਗਿਆ। ਹੁਣ ਇਹਦੀ ਜਿਹੜੀ ਵੀਡੀਓ ਆਈ ਹੈ ਆਪਾਂ ਉਹ ਸੁਣਦੇ ਹਾਂ। ਇਸ ਏ ਟੀ ਐੱਮ ਵਾਲੇ, ਇਹ ਨਵਾਂ ਨਾਮ ਇਹਨਾਂ ਨੇ ਦਿੱਤਾ ਹੈ ਆਪਣੇ ਆਪ ਨੂੰ। ਤੁਸੀਂ ਵਰਡ ਫਿਰ ਯੂਜ਼ ਕੀਤਾ ਨਾ ਗਵਾਰ, ਜਿਵੇਂ ਤੁਸੀਂ ਬੇਵਕੂਫ ਬੇਵਾਕਿਫ, ਗਵਾਰ ਵੀ ਕੋਈ ਗਾਲ ਨਹੀਂ, ਜਿਹਨੂੰ ਗ੍ਰਾਮ ਦੀ ਪਿੰਡ ਦੀ ਨੌਲੇਜ ਹੈ ਨਾ ਉਹਨੂੰ ਗਵਾਰ ਕਹਿ ਦਿੰਦੇ। ਹਾਂ ਬਿਲਕੁਲ, ਉਹ ਫਿਰ ਮੇਰਾ ਬਹੁਤ ਸੋਹਣਾ ਤੁਸੀਂ ਇਹਦੇ ਅਰਥ ਸਾਂਝੇ ਕੀਤੇ ਨੇ। ਇਹਦਾ ਮਤਲਬ ਫਿਰ ਗਵਾਰ ਕਹਿਣਾ ਵੀ ਵੱਡੀ ਗੱਲ ਆ। ਹਾਂਜੀ, ਗਵਾਰ ਕਹਿਣਾ ਵੀ ਇਹਨੂੰ ਵੱਡੀ ਗੱਲ ਹੈ, ਪਿੰਡ ਦਾ ਵੀ ਕੀ ਪਤਾ ਹੋਣਾ ਵਿਚਾਰੇ ਨੂੰ, ਸਾਰੀ ਉਮਰ ਡੇਰੇ 'ਚ ਪਲਿਆ। ਚਲੋ ਐਨੀਵੇ, ਆਪਾਂ ਇਹ ਵੀਡੀਓ ਚਲਾਉਂਦੇ ਹਾਂ ਅਤੇ ਜਿਵੇਂ ਆਪਾਂ ਨਾਲ ਨਾਲ ਵੀਡੀਓ 'ਤੇ ਗੱਲਬਾਤ ਪਹਿਲਾਂ ਕਰਦੇ ਹੁੰਦੇ ਹਾਂ ਉਹ ਆਪਾਂ ਨਾਲ ਨਾਲ ਗੱਲ ਕਰਦੇ ਹਾਂ ਅਤੇ ਸੁਣਦੇ ਹਾਂ ਅੱਜ ਲੱਲੂ ਦੀਆਂ ਕਵੱਲੀਆਂ ਅਤੇ ਨਾਲ ਨਾਲ ਦਿੰਦੇ ਹਾਂ ਇਹਦਾ ਜਵਾਬ। ਆਓ ਆਪਾਂ ਚਲਾਈਏ ਉਹ ਵੀਡੀਓ ਅਤੇ ਆਪਾਂ ਉੱਥੋਂ ਕੀ ਚਲਾਉਣੀ ਹੈ ਜਿੱਥੇ ਕਿ ਆਪਣੇ ਕੰਮ ਦੀ ਹੈ, ਨਹੀਂ ਤਾਂ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਮਤਲਬ ਬੜਾ ਕੁਝ ਇਹਨੇ ਬੜੇ ਨਾਅਰੇ ਲਵਾਏ ਆ ਅਤੇ ਕੌਮੀ ਤੌਰ 'ਤੇ ਬੜੀਆਂ ਬੜੀਆਂ ਵੱਡੇ ਇਹ ਨਾਅਰੇ ਜਕਾਰੇ ਕੌਮੀ ਤੌਰ 'ਤੇ ਸਾਨੂੰ ਰਿਪ੍ਰਜੈਂਟ ਕਰਦੇ ਵੀ ਰਾਜ ਕਰੇਗਾ ਖਾਲਸਾ। ਅੱਛਾ, ਖਾਲਸਾ ਰਾਜ ਕਰੇਗਾ ਪਰ ਕੇ ਪੀ ਐੱਸ ਗਿੱਲ ਮਹਾਨ ਰਹੇਗਾ ਉਹਦੇ 'ਚ, ਮੈਂ ਜੇ ਤੁਹਾਡਾ ਬਿਸ਼ਰਮੋ ਵੀ ਕੇ ਪੀ ਐੱਸ ਗਿੱਲ, ਤੁਸੀਂ ਸਟੇਟ ਦੀ ਨੀਤੀ ਨੂੰ ਪੂਰਨ ਵਾਲੇ ਰਾਜ ਕਰੇਗਾ ਖਾਲਸਾ ਦਾ ਨਾਰਾ ਲਾਓਗੇ? ਇੱਦਾਂ ਦਾ ਨਾਰੇ ਤਾਂ ਫਿਰ ਉਹ ਆਰ ਐੱਸ ਐੱਸ ਦੇ ਕੈਂਪਾਂ 'ਚ ਵੀ ਲੱਗ ਜਾਂਦੇ ਨੇ ਜਦੋਂ ਸਿੱਖਾਂ ਦੀ ਕਥਾ ਜਾਂ ਉਹ ਜਿਹੜੇ ਸਿੱਖ ਸੰਗਤ ਵਾਲੇ ਨੇ ਉਹ ਆਪਣੇ ਅਦਾਰਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਨੇ, ਉੱਥੇ ਵੀ ਇੱਦਾਂ ਦੇ ਨਾਰੇ ਲਾਉਂਦੇ ਨੇ ਰਾਜ ਕਰੇਗਾ ਖਾਲਸਾ, ਪਰ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਜਿਹੜੀ ਗਿੱਚੀ ਦਾ ਕਾਮ ਆ ਨਾ ਉਹ ਨੱਪ ਕੇ ਰੱਖਿਆ ਹੈ। ਸੋ ਉੱਥੋਂ ਤੱਕ ਸਾਰੀ ਇਹ ਸੁਣਨ ਦੀ ਲੋੜ ਨਹੀਂ, ਜਿਹੜੀ ਕ ਜਿੱਥੇ ਕੁ ਆਪਣੀ ਇਹ ਜ਼ਿਕਰ ਕਰਦਾ ਹੈ ਖਾਸ ਕਰਕੇ ਸਾਡੇ ਵਾਲੀ ਸਾਰੀ ਟੀਮ ਦੀ ਜਿਹੜੀ ਕਿ ਵਿਪਰ ਦੇ ਉਸ ਪ੍ਰੋਜੈਕਟ 'ਤੇ ਕੰਮ ਕਰਦੀ ਹੈ ਜਿਹੜਾ ਗ੍ਰੰਥ ਨੂੰ ਚੈਲੇਂਜ ਕਰਦਾ ਹੈ, ਉੱਥੇ ਆਪਾਂ ਇਹਦੀਆਂ ਕਵੱਲੀਆਂ ਸੁਣਦੇ ਦੇ ਨਾਲੇ ਇਹਦਾ ਵਿਹਨੇ ਆ ਵੀ ਇਹ ਕਿੱਥੇ ਕਿੱਥੇ ਕਵੱਲ ਪੁਣਾ ਖਿਲਾ ਰਿਹਾ ਇਹਨੇ। ਹਾਂਜੀ ਹਾਂਜੀ, ਸੁਣਦੇ ਰਹੋ, ਮੈਂ ਥੋੜ੍ਹਾ ਜਿਹਾ ਪਿੱਛੋਂ ਬੈਕਗਰਾਊਂਡ ਤੋਂ ਗੀਤ ਬੰਦ ਕਰਦੇ ਹਾਂ ਅਤੇ ਆਲੋਚਨੀ ਪੈਣੀ ਹੈ ਵੀਰੋ। ਚਲੋ ਸ਼ੁਕਰ ਕਰੋ ਵੀ ਆਪਣੇ ਕੋਲ ਸਿਰ ਢਕਣ ਨੂੰ ਥਾਂ ਹੈ, ਬਹਿਣ ਨੂੰ ਇੱਕ ਜਗ੍ਹਾ ਸੀ, ਲੰਗਰ ਚੱਲਦਾ ਪਰਮੇਸ਼ਰ ਦੁਆਰ ਇੱਕ ਸੰਸਥਾ ਸੀ, ਇਹਨੂੰ ਰਨ ਕਰਨਾ ਇਹਨੂੰ ਚਲਾਉਣਾ ਤੇ ਗੱਲ ਵੀ ਇਦਾਂ ਦੀ ਕਰਨੀ ਮੁਸ਼ਕਲ ਹੁੰਦਾ। ਕਈ ਬੰਦੇ ਜਿਵੇਂ ਆਪਾਂ ਵੇਖਦੇ ਹਾਂ ਨਾ, ਜਿਵੇਂ ਕਈ ਇੱਥੇ ਬਹੁਤ ਵਿਦਵਾਨ ਹੋਏ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਬੰਦੇ, ਉਹਨਾਂ ਦੇ ਅੱਗੇ ਮੈਂ ਪੜ੍ਹਦਾ ਰਹਿੰਦਾ ਕਈ ਵਾਰੀ ਨੈੱਟ ਦੇ ਉੱਤੇ ਆਉਂਦੀਆਂ। ਹਾਂਜੀ, ਨੁਕਤਾ ਇਹਨੇ ਸਾਂਝਾ ਕਰ ਲਿਆ। ਹਾਂਜੀ, ਆਉਂਦਾ ਵੀ ਕਈ ਬਹੁਤ ਵਿਦਵਾਨ ਹੋਏ, ਮਤਲਬ ਬੀਤ ਚੁੱਕੇ ਸਮੇਂ ਬੀਤ ਚੁੱਕੇ ਹੋਏ, ਮਤਲਬ ਬੰਦੇ ਦੇ ਛੱਡ ਜਾਣ ਤੋਂ, ਦੁਨੀਆਂ ਛੱਡ ਜਾਣ ਤੋਂ ਬਾਅਦ ਗੱਲਾਂ ਹੁੰਦੀਆਂ ਨੇ, ਅਜੇ ਇੱਥੇ ਹੀ ਹੈ, ਵਿਦਵਾਨ ਕਿਤੇ ਨਹੀਂ ਗਿਆ। ਜੇ ਤੂੰ ਜਿਹੜੀ ਤੂੰ ਗੱਲ ਕੀਤੀ ਹੈ ਨਾ ਛੋਟੇ ਵੀਰ, ਸਾਨੂੰ ਤਾਂ ਉਹ ਗੱਲਾਂ ਨਹੀਂ ਆਉਂਦੀਆਂ ਵੀ ਅਸੀਂ ਮੋਟੀ ਮੋਟੀ ਗਾਲ ਕੱਢ ਕੇ ਜਿੱਦਾਂ ਤੂੰ ਆਪਣੀ ਟੀਮ ਨੂੰ ਰੈਡੀ ਕੀਤਾ ਹੈ, ਨਿਊਜ਼ੀਲੈਂਡ ਵਾਲੀ ਟੀਮ ਨੂੰ ਮੋਟੀਆਂ ਗਾਲਾਂ ਕੱਢੋ ਤਗੜੇ ਹੋ ਕੇ, ਵੀ ਸ਼ਾਇਦ ਮੋਟੀਆਂ ਗਾਲਾਂ ਦੇ ਨਾਲ ਜਿਹੜਾ ਵਾ ਇਹਨਾਂ ਦਾ ਇਹਨਾਂ ਨੂੰ ਮਾਨਸਿਕ ਤੌਰ 'ਤੇ ਅਸੀਂ ਹਰਾ ਦਿਆਂਗੇ, ਇਹ ਚੁੱਪ ਕਰ ਜਾਣਗੇ, ਬਹਿ ਜਾਣਗੇ। ਤੈਨੂੰ ਅੱਗੇ ਵੀ ਦੱਸਿਆ ਸੀ ਵੀ ਸਾਨੂੰ ਤਾਂ ਜਦੋਂ ਇੱਦਾਂ ਕੋਈ ਗਾਲਾਂ ਕੱਢਦਾ ਨਾ ਸਾਨੂੰ ਜੋਸ਼ ਆਉਂਦਾ ਹੈ, ਸਾਨੂੰ ਤਾਂ ਜੋਸ਼ ਆਉਂਦਾ ਹੈ ਹੋਰ, ਅਤੇ ਸਾਨੂੰ ਨਾਲ ਤਸੱਲੀ ਹੁੰਦੀ ਹੈ ਵੀ ਇਹ ਬੰਦੇ 'ਤੇ ਸਾਡਾ ਅਸਰ ਹੋ ਰਿਹਾ। ਹਾਂਜੀ, ਤੋ ਸਾਨੂੰ ਤਾਂ ਬਹੁਤ ਤਸੱਲੀ ਹੈ। ਹੁਣ ਸਾਲ ਕੁ ਬਾਅਦ ਫਿਰ ਤੂੰ ਯਾਦ ਕੀਤਾ ਹੈ ਦੁਬਾਰਾ ਸਾਨੂੰ, ਪਹਿਲਾਂ ਤੂੰ ਜਦੋਂ ਪਹਿਲਾਂ 2 ਸਾਲ ਪਹਿਲਾਂ ਅਸੀਂ ਤੇਰੀ ਅਸਲ ਅਸਲੀਅਤ ਕੌਮ ਦੇ ਸਾਹਮਣੇ ਰੱਖੀ ਸੀ ਅਤੇ ਉਦੋਂ ਕਈਆਂ ਨੂੰ ਇਹ ਸ਼ਾਇਦ ਭੁਲੇਖਾ ਸੀ ਵੀ ਤੂੰ ਅਤੇ ਉਹ ਵੱਖ ਵੱਖ ਹੈ, ਤੂੰ ਅਤੇ ਇਹ ਨਿਊਜ਼ੀਲੈਂਡ ਵਾਲੀ ਮਸ਼ੀਨ ਵੱਖ ਵੱਖ ਦੋ ਚੀਜ਼ਾਂ ਨੇ। ਅਤੇ ਇਸੇ ਕਰਕੇ ਮੈਂ ਸਵਾਲ ਤੈਨੂੰ ਪੁੱਛਦਾ, ਉਹਦੇ ਸਵਾਲ ਨਹੀਂ ਸੀ, ਸਵਾਲ ਤੇਰੇ ਹੀ ਸਨ ਜੋ ਬੋਲਦਾ ਸੀ। ਅਤੇ ਕਈ
ਆਮ ਭੋਲੇ ਭਾਲੇ ਸਿੱਖ ਲੋਕ ਇਹ ਮਹਿਸੂਸ ਕਰਦੇ ਸਨ ਵੀ ਤੇਰੇ ਨਾਲ ਸ਼ਾਇਦ ਧੱਕਾ ਹੋ ਗਿਆ, ਪ੍ਰਭਦੀਪ ਨੇ ਕਰ ਦਿੱਤਾ ਧੱਕਾ। ਪਰ ਅੱਜ ਤਾਂ ਸਪੱਸ਼ਟ ਆ ਸਾਰਿਆਂ ਨੂੰ ਵੀ ਤੂੰ ਤਾਂ ਉਹ ਕੌਣ ਆ, ਸਾਰਿਆਂ ਨੂੰ ਸਪੱਸ਼ਟ ਹੋ ਗਿਆ ਨਾ, ਤੂੰ ਉਹ ਪਹਿਲਾਂ ਪੋਸਟ ਪਾਉਂਦਾ ਹੈ, ਤੂੰ ਉਹਦੇ 'ਤੇ ਪ੍ਰੋਗਰਾਮ ਕਰਦਾ ਹੈ, ਉਹ ਪਹਿਲਾਂ ਦੱਸਦਾ ਹੈ, ਤੂੰ ਅਗਾਂਹ ਪ੍ਰੋਗਰਾਮ ਲੀਡ ਕਰਦਾ ਹੈ। ਸੋ ਬੇਸਿਕਲੀ ਤੂੰ ਮੰਨ ਚੁੱਕਾ ਹੈ ਪਹਿਲਾਂ ਇਹ ਵੀ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਵਿਦਵਾਨ ਹੋਏ ਨੇ, ਹੋਏ ਨਹੀਂ, ਬਸ ਇਹਨੂੰ ਪ੍ਰੈਜ਼ੈਂਟ ਫੋਰਮ 'ਚ ਵਰਤ, ਪ੍ਰੈਜ਼ੈਂਟ ਫੋਰਮ ਦੇ ਵਿੱਚ ਗੱਲ ਕਰ ਵੀ ਵਿਦਵਾਨ ਹਨ। ਅਤੇ ਜੇ ਤੂੰ ਪ੍ਰੈਜ਼ੈਂਟ 'ਚ ਮੰਨ ਗਿਆ ਇਹਨੂੰ, ਤਾਂ ਫਿਰ ਤੈਨੂੰ ਅਗਲੇ ਬੰਨੇ ਸਵਾਲ ਨਹੀਂ ਕੋਈ ਰਹਿਣਾ, ਅਗਲੇ ਬੰਨੇ ਤੇਰਾ ਕੋਈ ਸਵਾਲ ਰਹਿਣਾ ਨਹੀਂ ਅਸਲ ਦੇ ਵਿੱਚ। ਹਾਂਜੀ। ਸੋ ਸਾਡੀ ਸੰਸਥਾ ਚੱਲਦੀ ਹੈ, ਅਸੀਂ ਸੰਸਥਾ ਚਲਾਉਂਦੇ ਹਾਂ। ਹੁਣ ਜੇ ਤੂੰ ਸੰਸਥਾ ਚਲਾਉਣਾ ਤਾਂ ਇੱਕ ਬੰਦਾ ਆਪਣੇ ਲੈਵਲ 'ਤੇ ਇਕੱਲਾ ਬਣ ਕੇ ਵਿਚਰ ਕੇ, ਕਿਤੇ ਉਹਨੇ ਕੋਈ ਡੇਰਾ ਨਹੀਂ ਬਣਾਇਆ, ਵਿਚਰ ਕੇ ਪ੍ਰਚਾਰ ਕਰਦਾ ਹੈ ਤੇਰੇ ਅਤੇ ਉਹਦੇ ਅਗਲੀ ਜਿਹੜੀ ਤੂੰ ਗੱਲ ਕਰਨੀ ਉਹਦੇ ਵਿੱਚ ਫਿਰ ਹਿਸਾਬ ਕਿਤਾਬ ਕੀ ਰਹਿ ਗਿਆ। ਇੱਕ ਸੰਸਥਾ ਚਲਾਉਂਦਾ ਹੈ ਜਿਹੜਾ ਗ੍ਰਾਹੀਆਂ ਕਰਦਾ ਹੈ, ਉਹਦਾ ਹਿਸਾਬ ਉਹਦੀ ਅਕਾਊਂਟੇਬਿਲਟੀ ਲੋਕਾਂ ਪ੍ਰਤੀ ਹੁੰਦੀ ਹੈ, ਪਰ ਜਿਹੜਾ ਸੰਸਥਾ ਹੀ ਨਹੀਂ ਚਲਾਉਂਦਾ ਉਹਦੀ ਅਕਾਊਂਟੇਬਿਲਟੀ ਕੀ ਹੈ? ਅੱਗੇ ਸੁਣਦੇ। ਕਿਤੇ ਭੇਡਾਂ ਤੇ ਮੂੰਹ ਲਾ ਦੇਣਗੇ, ਕਦੇ ਕੁੱਤੇ ਦੀ ਫੋਟੋ ਨਾਲ ਲਾ ਦੇਣਗੇ, ਫਿਰ ਦਰਸ਼ਨ ਸਿੰਘ ਵਰਗੇ ਬੰਦੇ ਉਹਨਾਂ ਦੇ ਅੱਗੇ ਜਿਹੜੇ ਬੰਦੇ ਆ। ਹਾਂਜੀ, ਭੇਡਾਂ ਤੇ ਮੂੰਹ ਲਾ ਦੇਣਗੇ, ਕੁੱਤੇ ਦਾ ਮੂੰਹ ਲਾ ਦੇਣਗੇ, ਸਾਡੇ ਐਡੇ ਦਿਨ ਮਾੜੇ ਨਹੀਂ ਆਏ ਵੀ ਅਸੀਂ ਕੁੱਤੇ ਦੇ ਉੱਤੇ ਤੁਹਾਡਾ ਇਹ ਨੁਰਾਨੀ ਮੁੱਖ ਲਾ ਕੇ, ਇਹ ਤੁਹਾਡਾ ਨੁਰਾਨੀ ਮੁੱਖ ਲਾ ਕੇ ਕੁੱਤੇ ਦੀ ਬਦਨਾਮੀ ਕਰੀਏ। ਕੁੱਤੇ ਦੀ ਇੱਜ਼ਤ ਹੈ। ਹਾਂਜੀ। ਕਬੀਰ ਕੁਕਰ ਰਾਮ ਕੋ ਮੋਤੀ ਰਾਮੇ ਨਾ ਗਲੇ ਹਮਾਰੇ ਜੇਬਰੀ ਜੈ ਖਿੰਚੇ ਤੈ ਜਾਵਾਂ। ਜੇ ਕਬੀਰ ਦਾ ਮੋਤੀ ਆ ਗਿਆ, ਤੇਰੀ ਫੋਟੋ ਲਾ ਦਿੱਤੀ ਵੀ ਮੈਂ ਤੇ ਕਬੀਰ ਦਾ ਮੋਤੀ ਹੈ, ਸਾਡੇ ਤੇ ਸਵਾਲੀਆ ਜਿਹਨੇ ਲੱਗ ਜਾਏਗਾ ਵੀ ਇੱਕ ਜਿਹੜਾ ਕਾਦਰ ਨੂੰ ਮੰਨਦਾ, ਜਿਹੜਾ ਸਵਾਲ ਕਰਦਾ, ਉਹ ਜੋ ਦੀਸੇ ਅੰਬਰ ਤਾਰੇ ਕਿਨੋ ਚੀਤੇ ਚੀਤਣ ਵਾਲੇ, ਮੈਂ ਤੇ ਉਹ ਮੋਤੀ ਹਾਂ ਰਾਮ ਦਾ, ਅਤੇ ਮੇਰੀ ਤੁਸੀਂ ਬਦਨਾਮੀ ਕਰ ਰਹੇ ਜੇ, ਮੇਰੇ 'ਤੇ ਫੋਟੋ ਲਾ ਰਹੇ ਜੇ, ਮੇਰੇ 'ਤੇ ਮੂੰਹ ਲਾ ਰਹੇ ਜੇ, ਉਹਦਾ ਜਿਹੜਾ ਕਿਰਤ ਨੂੰ ਕਰਤਾ ਮੰਨਦਾ ਹੈ। ਅਸੀਂ ਕਿਸੇ ਕੁੱਤੇ ਦੀ ਬਦਨਾਮੀ ਨਹੀਂ ਕੀਤੀ ਅੱਜ ਤੱਕਰ, ਅਤੇ ਨਾ ਹੀ ਕਰਾਂਗੇ, ਕਿਉਂਕਿ ਸਾਡੇ ਕੋਲ ਥਾਊਟ ਹੈ, ਸਾਡੇ ਕੋਲ ਗੱਲ ਕਰਨ ਵਾਸਤੇ ਦਲੀਲ ਹੈ, ਸਾਨੂੰ ਪਤਾ ਹੈ ਕਿਹਦਾ ਜਵਾਬ ਕਿਵੇਂ ਦੇਣਾ ਹੈ, ਸਾਨੂੰ ਕੋਈ ਲੋੜ ਹੈ ਕੰਮ ਕਰਨ ਦੀ? ਹਾਂ, ਜਿਹੜੀਆਂ ਕੁੱਤੇ ਵਾਲੀਆਂ ਫੋਟੋਆਂ ਤੁਸੀਂ ਖਿਚਾਉਂਦੇ ਜਿਹਨਾਂ ਕੁੱਤੇ ਦੇ ਨਾਲ, ਸਾਡਾ ਫਰਜ਼ ਹੈ ਵੀ ਉਹ ਫੋਟੋ ਨੂੰ ਪਾਪੂਲਰ ਕਰੀਏ, ਗਾਂ ਦੱਸੀਏ ਵੀ ਬਾਬਾ ਜੀ ਨੇ ਕੁੱਤੇ ਪਾਲਦੇ ਨੇ, ਅਤੇ ਕੁੱਤੇ ਪਾਲ ਸਕਦੇ ਜੇ ਤੁਸੀਂ, ਸਾਡਾ ਸਿਧਾਂਤ ਹੈ ਕੁੱਤੇ ਪਾਲਣਾ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਲਾਇਆ, ਪਰ ਉਹ ਕੁੱਤੇ ਪਾਲ ਕੇ ਡੇਰੇ ਦੇ ਅੰਦਰ ਬਹਿ ਕੇ ਕਈ ਵਾਰ ਪ੍ਰਚਾਰ ਨਹੀਂ ਸੀ ਕਰਦੇ ਗੁਰੂ ਸਾਹਿਬ। ਹਾਂਜੀ, ਗੁਰੂ ਹਰਗੋਬਿੰਦ ਨੇ ਵੀ ਕੁੱਤੇ ਪਾਲੇ ਆ, ਉਹ ਕੁੱਤੇ ਕੇਵਲ ਕੁੱਤਖਾਨੇ ਵਾਸਤੇ ਨਹੀਂ ਸਨ, ਉਹ ਕੁੱਤੇ ਇਸਟੈਬਲਿਸ਼ਮੈਂਟ ਨੂੰ ਚੈਲੇਂਜ ਕਰਨ ਵਾਸਤੇ ਸਨ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਭਾਈ ਗੁਰਦਾਸ ਦੀ ਵਾਰ ਹੈ ਵੀ ਕੁੱਤੇ ਰੱਖ ਸ਼ਿਕਾਰ ਖਿਲਾਇਆ, ਅਤੇ ਜਿਹੜੇ ਆਪਾਂ ਡਾਬਰਮੈਨ ਪਾਲੀ ਫਿਰਦੇ ਹਾਂ ਉਹਨਾਂ ਕੁੱਤਿਆਂ ਬਾਰੇ ਕੀ ਵਿਚਾਰ ਹੈ? ਤੁਹਾਡੀ ਫੋਟੋ ਬਿਲਕੁਲ ਆਈ ਹੈ, ਪਰ ਉਹ ਆਈ ਹੈ ਜਿਹੜੀ ਤੁਸੀਂ ਹੱਥ 'ਚ ਕੁੱਤਾ ਫੜਿਆ, ਤੁਹਾਡੀ ਕਿਸੇ ਕੁੱਤੇ 'ਤੇ ਫੋਟੋ ਲਾ ਕੇ ਅਸੀਂ ਕਿਸੇ ਕੁੱਤੇ ਦੀ ਬਦਨਾਮੀ ਨਹੀਂ ਕੀਤੀ। ਸਵਾਮੀ ਕੇ ਗ੍ਰਹਿ ਜਿਉਂ ਸਦਾ ਸਵਾਨ ਤਜਤ ਨੈ ਨਿੰਦ, ਸਾਡੇ 'ਤੇ ਮਿਹਣਾ ਹੋਏਗਾ, ਉਹ ਕਹੇਗਾ ਮੇਰੀਆਂ ਮਿਸਾਲਾਂ ਦਿੱਤੀਆਂ ਨੇ ਵੀ ਮੈਂ ਸਵਾਮੀ ਦਾ ਗ੍ਰਹਿ ਨਹੀਂ ਛੱਡਦਾ, ਮੇਰੀ ਬਦਨਾਮੀ ਕਰ ਰਹੇ ਜੇ ਤੁਸੀਂ। ਅਸੀਂ ਕੁੱਤਿਆਂ ਦੀ ਇੱਜ਼ਤ ਕਰਦੇ ਹਾਂ, ਅਸੀਂ ਕਿਸੇ ਕੁੱਤੇ ਨੂੰ ਇੱਦਾਂ ਬਦਨਾਮ ਨਹੀਂ ਕਰਾਂਗੇ। ਸਿੰਘ ਨਾਦ ਜਿੰਨੇ ਵੀ ਸੁਣ ਰਹੇ ਨੇ ਸਰੋਤੇ, ਸਾਡੀ ਗੱਲ ਦਿਲ 'ਤੇ ਲਿਖ ਲਿਓ, ਕਦੇ ਵੀ ਤੁਹਾਡੀ ਫੋਟੋ ਨਾ ਲਾਈ ਹੈ ਅੱਜ ਤੱਕਰ ਖਾਲਸਾ ਨਿਊਜ਼ ਨੇ, ਜੇ ਲਾਈ ਹੋਏਗੀ ਤਾਂ ਮੈਂ ਖਿਲਾਫੀਅਤ ਪਹਿਲਾਂ ਕਰਾਂਗਾ, ਕਿਉਂਕਿ ਮੈਨੂੰ ਕੁੱਤੇ ਦੀ ਹੋਂਦ ਮਿਟ ਜਾਣ ਦਾ ਡਰ ਆ, ਤੁਹਾਡੀ ਕਦੀ ਕਿਸੇ ਕੁੱਤੇ 'ਤੇ ਫੋਟੋ ਨਹੀਂ ਲੱਗੇਗੀ। ਬਾਕੀ ਤੁਸੀਂ ਕੁੱਤੇ ਰੱਖੇ ਨੇ, ਕੁੱਤਖਾਨਾ ਨਾ ਖਿਲਾਰੋ, ਕੁੱਤਿਆਂ ਨੇ ਕੁੱਤਿਆਂ ਆਪਣੇ ਇਹਨਾਂ ਕੁੱਤਿਆਂ ਨਾਲ ਇਸਟੈਬਲਿਸ਼ਮੈਂਟ ਨੂੰ ਚੈਲੇਂਜ ਕਰੋ, ਜਿਵੇਂ ਕੁੱਤੇ ਰੱਖ ਸ਼ਿਕਾਰ ਖਿਲਾਇਆ ਮਿਹਣਾ ਸੀ ਵੀ ਇੱਕ ਤਾਂ ਮੰਜੀ 'ਤੇ ਬਹਿ ਕੇ ਸੰਤੋਖਦਾ ਸੀ ਤੁਹਾਡਾ ਬਾਬਾ ਨਾਨਕ, ਲੋਕਾਂ ਨੇ ਮਹਿਸੂਸ ਕੀਤਾ ਨਾ ਵੀ ਇੱਕ ਤਾਂ ਮੰਜੀ 'ਤੇ ਬਹਿ ਕੇ ਸੰਤੋਖਦਾ ਸੀ, ਕਹਿਣ ਤੋਂ ਭਾਵ ਪ੍ਰਚਾਰ ਕਰਦਾ ਸੀ, ਮੰਜੀ ਲਾਉਂਦਾ ਸੀ, 22 ਮੰਜੀਆਂ ਜਿਹੜੀਆਂ ਤੁਸੀਂ ਕਹਿੰਦੇ ਜੇ, ਆਸਣ ਲਾ ਕੇ ਗੱਲਬਾਤ ਕਰਦਾ ਸੀ, ਡਾਇਲਗ ਕਰਦਾ ਸੀ। ਅਤੇ ਛੇਵੇਂ ਗੁਰੂ ਨੇ ਕਿਹੜੀ ਰੀਤ ਫੜ ਲਈ ਹੈ ਵੀ ਕੁੱਤੇ ਰੱਖ ਸ਼ਿਕਾਰ ਖਿਲਾਇਆ, ਇਹਨੇ ਸਿੱਧਾ ਇਸਟੈਬਲਿਸ਼ਮੈਂਟ ਨਾਲ ਟੱਕਰ ਲੈ ਲਈ ਹੈ।
ਹੁਣ ਮਸਲਾ ਕੀ ਸੀ? ਆਮ ਭੋਲੇ ਲੋਕਾਂ ਦਾ ਖਿਆਲ ਸੀ, ਪਰ ਨਾਨਕ ਦੀ ਜੋਤ ਸੀ ਛੇਵੇਂ ਗੁਰੂ। ਉਹ ਸਮੇਂ ਦੀ ਲੋੜ ਸੀ ਉਸ ਟਾਈਮ 'ਤੇ। ਹਾਂਜੀ, ਸੋ ਸਾਨੂੰ ਕੁੱਤਿਆਂ ਨਾਲ ਕੋਈ ਪ੍ਰੋਬਲਮ ਨਹੀਂ, ਅਸੀਂ ਤਾਂ ਸਗੋਂ ਤੁਹਾਡੀ ਇਸ ਗੱਲੋਂ ਰਿਸਪੈਕਟ ਕਰਦੇ ਵੀ ਤੁਹਾਡੇ ਕੋਲ ਕੁੱਤਾ ਹੈ, ਪਰ ਕੁੱਤੇ ਦਾ ਯੂਜ਼ ਸਹੀ ਕਰੋ, ਕੇਵਲ ਕੁੱਤ ਖਾਨੇ ਵਾਸਤੇ ਕੁੱਤੇ ਨਾ ਰੱਖੋ। ਇਹ ਕੁੱਤੇ ਇਹਨਾਂ ਲੀਡਰਾਂ ਦੇ ਗੱਲ ਪੈਣ ਜਿਨ੍ਹਾਂ ਨੇ ਪੰਜਾਬ ਲੁੱਟ ਕੇ ਖਾ ਲਿਆ, ਇਹ ਕੁੱਤੇ ਕਿਉਂ ਨਹੀਂ ਭੌਂਕੇ ਤੁਹਾਡੇ? ਜਦੋਂ ਜੰਮੂ ਅਤੇ ਕਸ਼ਮੀਰ ਦਾ ਮਸਲਾ ਆਇਆ, ਤੁਸੀਂ ਰੱਬ ਚੱਕੀ ਫਿਰਦੇ ਜਾਂ ਰੱਬ ਵਾਲਾ ਮਸਲਾ ਕਿੱਡਾ ਕੁ ਮਹਿੰਗਾ ਵਾ, ਕਿੱਡਾ ਕੁ ਵੱਡਾ ਮਸਲਾ ਹੈ ਵੀ ਰੱਬ ਆ ਅਤੇ ਰੱਬ ਉੱਥੇ, ਰੱਬ ਇੱਥੇ, ਰਹਿਣ ਦਿਓ ਰੱਬ ਜਿੱਥੇ ਗਏ, ਰੱਬ ਦੀਆਂ ਤੁਹਾਡੇ ਮੁਤਾਬਕ ਕੁਦਰਤ ਰੱਬ ਆ ਨਾ, ਤੁਰੇ ਫਿਰਦੇ ਲੋਕ ਕੁਦਰਤ ਦਾ ਹਿੱਸਾ, ਰੱਬ ਤੁਹਾਡੇ ਸਾਹਮਣੇ ਰੱਬ ਹੀ ਤੁਰੇ ਫਿਰਦੇ ਨੇ, ਅਤੇ ਰੱਬ ਦਾ ਕਹਾਣ ਹੋ ਰਿਹਾ, ਰੱਬ ਮਾਰਿਆ ਜਾ ਰਿਹਾ, ਤੁਹਾਡੇ ਕੁੱਤੇ ਭੌਂਕਦੇ ਨਹੀਂ, ਅਤੇ ਤੁਸੀਂ ਕੁੱਤਿਆਂ ਦੇ ਗਲ 'ਚ ਪਟੇ ਪਾ ਕੇ ਹੱਥ 'ਚ ਕੁੱਤੇ ਫੜੀ ਫਿਰਦੇ ਜੇ, ਕਿੱਧਰ ਗਏ ਕੁੱਤੇ? ਕੀ ਫਾਇਦਾ ਇਹਨਾਂ ਕੁੱਤਿਆਂ ਦਾ? ਇਹ ਕੁੱਤੇ ਭੌਂਕਣ ਲਾਓ ਆਪਣੇ, ਅਤੇ ਗੱਲ ਦੇ ਕਾਂ ਨੂੰ ਕਹੋ ਵੀ ਥੋੜ੍ਹਾ ਜਿਹਾ ਰੱਬ ਦੇ ਢੰਡੋਰੇ ਨੂੰ ਛੱਡ ਕੇ ਥੋੜ੍ਹਾ ਜਿਹਾ ਰੱਬ ਹੋ ਗਿਆ, ਪਾ ਲਿਆ ਰੱਬ, ਤੁਸੀਂ ਤੁਹਾਡੀਆਂ ਤੁਹਾਡੀ ਗੱਲਾਂ ਦੱਸਦੀਆਂ ਤੁਸੀਂ ਰੱਬ ਪਾ ਲਿਆ, ਇਸ ਕਰਕੇ ਰੱਬ ਨੂੰ ਛੱਡ ਦਿਓ ਨਾ, ਅਸੀਂ ਮੰਨ ਗਏ ਤੁਸੀਂ ਰੱਬ ਪਾ ਲਿਆ, ਹੁਣ ਰੱਬ ਨੂੰ ਛੱਡ ਦਿਓ ਅਤੇ ਜਿਹੜੀਆਂ ਰੱਬੀ ਚੀਜ਼ਾਂ ਨੇ, ਹਾਂਜੀ, ਜਿਹੜੀਆਂ ਰੱਬ ਨੇ ਬਣਾਈਆਂ ਚੀਜ਼ਾਂ ਨੇ ਨਾ ਤੁਹਾਡੇ ਮੁਤਾਬਕ ਰੱਬੀ, ਵੀ ਇਹ ਦੁਨੀਆਂ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਉਹਨਾਂ ਦੇ ਸੰਬੰਧ 'ਚ ਗੱਲ ਕਰੋ। ਜੰਮੂ ਕਸ਼ਮੀਰ ਦਾ ਮਸਲਾ ਆ, ਤੁਹਾਡੀ ਜ਼ਬਾਨ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ। ਭਾਵੇਂ ਕੋਈ ਮਸਲਾ ਹੋਵੇ ਮਨਾਰਟੀ ਦੇ ਖਿਲਾਫ ਦੇ ਵਿੱਚ, ਕੋਈ ਧਾਰਮਿਕ ਤੌਰ 'ਤੇ ਹੋਵੇ, ਵਿਤਕਰਾ ਹੋਵੇ, ਮੂੰਹ ਨਹੀਂ ਤੁਹਾਡਾ ਫੁੱਟਿਆ ਜਾਂਦਾ। ਨਿਕਲਦਾ ਜਿਹੜੇ ਇਹਨਾਂ ਨੇ ਰੱਖੇ ਹੋਏ ਨਾ ਗਾਹਾਂ, ਜਿਵੇਂ ਕੁੱਤਿਆਂ ਦੀ ਗੱਲ ਕੀਤੀ, ਜਿੱਥੇ ਚੜ੍ਹਦੀ ਕਲਾ ਦੀ ਗੱਲ ਹੋਏ, ਹਾਂਜੀ, ਕਿਸੇ ਜਗ੍ਹਾ ਕਿਸੇ ਸਿੱਖ ਨੇ ਜਾਂ ਸਿੱਖ ਕੌਮ ਦੇ ਕਿਸੇ ਨੁਮਾਇੰਦੇ ਨੇ ਜਾਂ ਬੰਦੇ ਨੇ, ਹਾਂਜੀ, ਚੜ੍ਹਦੀ ਕਲਾ ਦੀ ਗੱਲ ਕੀਤੀ ਹੈ, ਤੁਸੀਂ ਦੇਖ ਲਓ ਰੀਸੈਂਟਲੀ ਵੀ, ਹਾਂਜੀ, ਉਹ ਉਹਨਾਂ ਨੂੰ ਕ੍ਰਿਟੀਸਾਈਜ਼ ਹੀ ਕਰਨਗੇ। ਬਿਲਕੁਲ ਬਿਲਕੁਲ, ਇਹ ਹਮੇਸ਼ਾ ਹੀ ਜਿਹੜੀ ਵੀ ਗੱਲ ਕਰਨਗੇ ਸਟੇਟ ਦੇ ਹੱਕ 'ਚ, ਕਿਉਂਕਿ ਉਹ ਕਰਦੀਆਂ ਹੁੰਦੀਆਂ ਏਜੰਸੀਆਂ, ਉਹ ਕਹਿੰਦੇ ਤੁਸੀਂ ਚੁੱਪ ਚਾਪ ਹੀ ਬੈਠੇ ਬੋਲੋ। ਬਿਲਕੁਲ ਬਿਲਕੁਲ, ਉਹੀ ਚੀਜ਼ ਬੋਲਦੇ ਜੋ ਉਹਨਾਂ ਨੇ ਕਹਿਣਾ, ਉਹ ਆਪਾਂ ਇੱਕ ਨਹੀਂ ਕਿੰਨੇ ਐਗਜ਼ਾਮਪਲ ਹੈ। ਹਾਂਜੀ, ਚਲੋ ਆਪਾਂ ਵੇਖੀਏ ਅਗਲੇ ਬਾਰੇ, ਕੁੱਤਿਆਂ ਤੋਂ ਬਾਅਦ ਕੁੱਤਖਾਨੇ ਤੋਂ ਬਾਅਦ ਵੇਖੀਏ ਕੀ ਗੱਲ ਕੀਤੀ ਇਹਨਾਂ ਨੇ। ਨਿਊਜ਼ਾਂ ਚਲਾਉਂਦੇ ਆ ਨੈੱਟ ਦੇ ਉੱਤੇ, ਤੁਸੀਂ ਭਰ ਕੇ ਵੇਖੋਗੇ ਨਾ ਜੇ ਨਿਊਜ਼ਾਂ, ਬੇੜਾ ਬਹਿ ਜੇ। ਇੱਕ ਤਾਂ ਤੁਹਾਡੀ ਜਿਹੜੀ ਅੰਗਰੇਜ਼ੀ ਹੈ ਨਾ ਦਵਾਈ ਰੱਬ ਦੀ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਤੁਸੀਂ ਇੰਨਾ ਅੰਗਰੇਜ਼ੀ ਦਾ ਬਲਾਤਕਾਰ ਕਰਦੇ ਜੇ ਨਾ। ਨਿਊਜ਼ਾਂ, ਬੇੜਾ ਬਹਿ ਜੇ, ਕਿਹੜੀਆਂ ਨਿਊਜ਼ਾਂ? ਤੂੰ ਖਬਰਾਂ ਕਹਿ ਲੈ ਜਾਂ ਨਿਊਜ਼ ਕਹਿ ਲੈ ਜਾਂ ਨਿਊਜ਼ ਕਹਿ ਲੈ, ਵਿੰਡੋਆਂ ਡੋਰਾਂ ਨਿਊਜ਼ਾਂ, ਇੱਦਾਂ ਦੀ ਅੰਗਰੇਜ਼ੀ ਆ। ਨੰਦੂ ਵਾਲੇ ਉਹ ਨਿਊਜ਼ੀਲੈਂਡ ਵਾਲਾ ਟੋਲਾ ਬੋਲਦਾ, ਨੈਂਡੋ ਨੂੰ ਨੰਦੂ, ਕਿਹੜਾ ਨੰਦੂ? ਛਕਾ ਦਿਓ ਅਮਰਤ ਨੰਦੂ ਨੂੰ ਵੀ ਆਪਣੇ ਵਾਲਾ, ਕੁਦਰਤ ਵਾਲਾ। ਚੱਲ ਵਿੱਚੋਂ ਚੀਜ਼ਾਂ ਯਾਦ ਆਈ ਜਾਂਦੀਆਂ, ਪਰ ਇਹ ਜਿਵੇਂ ਕਹਿੰਦੇ ਲਾਅ ਆਫ ਨੇਚਰ ਬਹੁਤ ਬੋਲਿਆ। ਅੱਛਾ, ਲਾਅ ਆਫ ਨੇਚਰ, ਉਹ ਘੱਟੋ ਘੱਟ ਥੋੜ੍ਹੀ ਸਾਇੰਸ 'ਚ ਪੜ੍ਹ ਲੈਂਦਾ। ਇਟ ਇਜ਼ ਲਾਅਸ ਆਫ ਨੇਚਰ, ਲਾਅਜ਼, ਇੱਕ ਲਾਅ ਨਹੀਂ ਗਾ, ਮੈਗਨੈਟਿਕ ਲਾਅ ਆ, ਗ੍ਰੈਵੀਟੇਸ਼ਨਲ ਹੈ, ਲਾਈਟ ਦਾ, ਕਿੰਨੇ ਹੀ ਹੈ। ਕਹਿੰਦਾ ਲਾਅ ਆਫ ਨੇਚਰ ਹੀ ਰੱਬ ਹੈ, ਪਰ ਰੱਬ ਕਿੰਨੇ ਹੀ ਕਰਤੇ। ਉਹ ਕਹਿੰਦੇ ਚਾਰ ਤਾਂ ਪ੍ਰਮੁੱਖ ਹੈ ਮੇਨ ਜਿਹੜੇ। ਬਿਲਕੁਲ, ਮੈਂ ਤੁਹਾਡਾ ਆਰਟੀਕਲ ਵੀ ਪੜ੍ਹਿਆ ਸੀ। ਸੋ ਬੇਸਿਕਲੀ ਲਾਅ ਆਫ ਨੇਚਰ ਵਾਲਾ ਜਿਹੜਾ ਸਿਲਸਿਲਾ ਵਾ, ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਜੇ। ਹਾਂਜੀ ਹਾਂਜੀ, ਇਹਨਾਂ ਨੂੰ ਸਮਝਾਉਣ ਦਾ ਜੇ ਜਿਹੜਾ, ਇਹ ਤਾਂ ਬਲਾ ਜਾਣਦੇ ਨੇ ਇਹੋ ਜਿਹੀਆਂ ਗੱਲਾਂ ਨੂੰ, ਉੱਚੀਆਂ ਗੱਲਾਂ ਬੰਦ ਕਰ ਲਓ ਮਾੜਾ ਜਿਹਾ। ਸੋ ਇਹ ਤਾਂ ਅਜੇ ਜਿਹੜੇ ਨਿਊਜ਼ ਨੂੰ ਨਿਊਜ਼ਾਂ ਦੱਸਦੇ ਹੋਣ, ਹਾਂਜੀ, ਇਹ ਕੋਈ ਵੱਡਾ ਹੀ ਵਿਦਵਾਨ ਵਿਗਿਆਨੀ ਹੋ ਸਕਦਾ, ਛੋਟਾ ਨਹੀਂ ਹੈ, ਕੋਈ ਵੱਡਾ ਵਿਗਿਆਨੀ ਹੈ, ਪਤਾ ਨਹੀਂ ਕਿਹੜਾ ਕਿਹੜਾ ਵਿਗਿਆਨੀ। ਹੁਣ ਵਿਗਿਆਨੀ ਵੀ ਲੱਭਣਾ ਪੈਣਾ, ਮਨੋਵਿਗਿਆਨੀ ਹੈ, ਵਿਗਿਆਨੀ ਹੈ, ਭਾਸ਼ਾ ਵਿਗਿਆਨੀ ਹੈ, ਕਿਹੜਾ ਵਿਗਿਆਨੀ? ਨਹੀਂ ਫਿਰ ਦੇਖੋ ਉਹਨੂੰ ਆਪਣਾ ਨਿਜਮ ਨਿਊਜ਼ ਨਿਊਜ਼ ਨਾ ਨਿਜਮ ਨਿਜਮ ਹੀ ਰੱਬ ਹੈ। ਅੱਛਾ, ਮੈਨੂੰ ਇੱਕ ਸਵਾਲ ਹੈ ਮੇਰਾ, ਜਿਹੜਾ ਵੀ ਕੋਈ ਨਿਯਮ ਹੈ ਲਾਗੂ ਹੁੰਦਾ, ਨਿਯਮ ਬਦਲਦਾ ਤਾਂ ਨਹੀਂ, ਸੇਮ ਰਹਿੰਦਾ? ਜੇ ਉਹ ਬਦਲ ਰਿਹਾ, ਇਹਨਾਂ ਦੇ ਹਿਸਾਬ ਨਾਲ ਢੱਡ ਨਾਥ ਦੇ ਰੱਬ ਨਾਲ, ਮੈਂ ਉਹ ਨਾਮ ਦਿੱਤਾ ਢੱਡ ਨਾਥ ਦਾ ਰੱਬ, ਉਹ ਰੱਬ ਤਾਂ ਫਿਰ ਹੋ ਗਿਆ ਬਹਿਰੂਪੀ ਆ। ਇੱਕ ਐਗਜ਼ਾਮਪਲ ਦੇ ਦੇਣਾ, ਕਿ ਬੋਟਨੀ ਦਾ ਸ਼ਾਇਦ ਸਕੂਲ 'ਚ ਕੱਲ੍ਹ ਗਏ ਕਿ ਨਹੀਂ, ਆਈ ਡੋਂਟ ਨੋ।
ਰੇਗਿਸਤਾਨ ਆ ਜਿਹੜਾ ਡੈਜ਼ਰਟ ਜਿਹਨੂੰ ਕਹਿੰਦੇ ਆ, ਉੱਥੇ ਇੱਥੇ ਆਪਾਂ ਦੇਖ ਰਹੇ ਹਾਂ ਬੂਟੇ ਲੱਗੇ, ਪੱਤੇ ਲੱਗੇ, ਉਹਦੇ ਵਿੱਚ ਸਟੋਮੈਟਾ ਹੁੰਦੇ ਆ। ਤਾਂ ਇਹ ਜਿਹੜਾ ਕਹਿੰਦਾ ਨਿਊਜ਼ਾਂ ਵਾਲੇ ਨੂੰ ਦੱਸਾਂ, ਸਟੋਮੈਟਾ ਹੁੰਦਾ ਪੱਤੇ ਥੱਲੇ, ਉਹ ਇੱਕ ਹੁੰਦੀ ਹੈ ਛੋਟੀ ਜਿਹੀ ਬਹੁਤ ਬਰੀਕ ਹੋਲ ਹੁੰਦੀ ਹੈ ਛੇਕ, ਦਰਖਤ ਕੀ ਕਰਦਾ ਕਾਰਬਨ ਡਾਈਆਕਸਾਈਡ ਲੈਂਦਾ ਆਪ, ਆਕਸੀਜਨ ਛੱਡਦਾ। ਚਲੋ ਉਹ ਲੰਬੀ ਚੌੜੀ ਗਾਂ ਸਾਈਸ ਹੋ ਜਾਣੀ ਹੈ, ਪੱਲੇ ਨਹੀਂ ਪੈਣੀ। ਉਹਦੇ ਵਿੱਚੋਂ ਪਾਣੀ ਉੱਡਦਾ ਪੱਤਿਆਂ ਚੋਂ ਦਰਖਤ ਦੇ, ਨਿਯਮ ਹੋ ਗਿਆ ਇੱਕ। ਹਾਂਜੀ, ਉਹੀ ਚੀਜ਼ ਬੂਟਾ ਲਾ ਕੇ ਤੁਸੀਂ ਲਾ ਦਿਓ ਰੇਗਿਸਤਾਨ 'ਚ। ਕੈਕਟਸ ਲੱਗੇ ਆ ਜਿਹਨੂੰ ਪੰਜਾਬੀ 'ਚ ਪਤਾ ਕੀ ਕਹਾਂਗੇ, ਆਈ ਡੋਂਟ ਨੋ, ਲਵ ਲੂ ਗਏ ਕੰਡੇ ਕੰਡੇ ਜਿਹੇ ਹੁੰਦੇ। ਹਾਂਜੀ ਹਾਂਜੀ, ਉਹ ਉਹਦੇ ਜਿਹੜੇ ਸਟੋਮੈਟਾ ਬੰਦ ਹੋ ਜਾਂਦੇ, ਅਡੈਪਟ ਕਰ ਲੈਂਦਾ, ਕਿਉਂ ਪਾਣੀ ਸਟੋਰ ਕਰਦਾ ਲੋੜ ਹੈ। ਤਾਂ ਨਿਯਮ ਤਾਂ ਬਦਲ ਗਿਆ ਨਾ, ਨਿਯਮ ਬਦਲ ਗਿਆ। ਨਾਲੇ ਰੁੱਖਾਂ ਦੀ ਗੱਲ ਕਰ ਲਓ, ਦਿਨੇ ਦਿਨੇ ਆਕਸੀਜਨ ਦੇਈ ਜਾਂਦੇ ਨੇ, ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡੀ ਜਾਂਦੇ ਨੇ। ਸੋ ਬੇਸਿਕਲੀ ਨਹੀਂ, ਫਿਰ ਦੂਆ ਚੀਜ਼ ਤੂੰ ਠੀਕ ਹੈ ਮੰਨ ਲਿਆ, ਨਿਯਮ ਹੀ ਰੱਬ ਹੈ, ਘੱਟ ਘੱਟ ਨਾਂ ਚੇਂਜ ਕਰਦੇ, ਪਰਮੇਸ਼ਰ ਦਰਬਾਰ ਦੀ ਜਗ੍ਹਾ ਲਿਖਦੇ ਨਿਯਮ ਦਰਬਾਰ। ਨਿਯਮ ਦਰਬਾਰ ਦੇ ਆਪਣਾ ਰਾਥਨਾਥ ਟਡਰਨਾਥ ਟਡਰਨਾਥ ਸੋਰੀ ਮੈਂ ਤੁਹਾਡਾ ਨਾਮ ਜਿਹੜਾ ਵਾ ਸਹੀ ਨਹੀਂ ਲੈ ਪਾਇਆ, ਟਡਰਨਾਥ ਟਡਰਨਾਥ ਠੀਕ, ਜਿਵੇਂ ਅਗੜਨਾਥ ਭੰਗਰਨਾਥ, ਇਹ ਟਡਰਨਾਥ ਨੇ। ਹਾਂਜੀ, ਅੱਗੇ ਵਧੀਏ ਜੀ, ਆਪਾਂ ਬਹੁਤ ਵਿਦਵਤਾ ਭਰਪੂਰ ਗੱਲਾਂ ਨੇ ਅਗਲੇ ਬੰਨੇ ਆ ਰਹੀਆਂ ਨੇ, ਤੁਹਾਨੂੰ ਨਾਲੋਂ ਨਾਲ ਇਹ ਗੱਲਾਂ ਕਰੀ ਜਾਣੀਆਂ ਨੇ। ਦਲਗੀਰ ਸਾਹਿਬ ਨੂੰ ਮਿਲਣਾ ਵਾ, ਡਾਕਟਰ ਦਲਗੀਰ ਉਹਨਾਂ ਨੂੰ, ਅਤੇ ਆਉਣ ਵਾਲੇ 10 ਮਿੰਟਾਂ 'ਚ ਆਪਾਂ ਉਹਨਾਂ ਨੂੰ ਲੈ ਰਹੇ ਹਾਂ। ਖਾਲਸਾ ਨਿਊਜ਼ ਭਰੋਗੇ ਉਹਦੇ ਉੱਤੇ ਤੁਸੀਂ ਵੇਖਿਓ ਉਹਨਾਂ ਦੇ ਬੰਦੇ, ਤੇ ਪਤਾ ਕੀ ਕਹਿਣਗੇ, ਇਹ ਡੇਰੇਦਾਰ ਹੈ ਜੀ, ਇਹ ਸਾਧ ਹੈ ਜੀ, ਇਹ ਪਖੰਡੀ ਹੈ ਜੀ, ਇਹ ਬਾਬਿਆਂ ਵਾਲਾ ਹੀ ਕੰਮ ਹੈ ਜੀ ਇਹਦਾ, ਇਹ ਕਾਹਦਾ ਪੰਥਕ ਹੈ। ਹੁਣ ਇੱਕ ਵਾਰੀ ਨਾ, ਅੱਜ ਤੋਂ 15 ਕੁ ਸਾਲ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਮੇਰੀ ਗੱਲਬਾਤ ਹੋਈ ਸੀ। ਇਹ ਕਾਕਾ ਗੱਲ ਨਹੀਂ ਸੀ ਹੋਈ, ਗੱਲ ਹੋਈ ਨਹੀਂ ਸੀ, ਤੂੰ ਫਸ ਗਿਆ ਸਾਂ ਉਹਦੇ 'ਚ। ਤੂੰ ਆਲਰੇਡੀ ਕਾਲ 'ਤੇ ਬੋਲ ਰਿਹਾ ਸਾਂ, ਬੜਾ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ, ਚੈਨੀਆਂ ਚੁੰਨੀਆਂ ਨਵੀਆਂ ਨਵੀਆਂ ਤੂੰ ਪਵਾ ਕੇ ਆਇਆ ਸੀ ਉੱਥੇ, ਅਤੇ ਨਵੇਂ ਨਵੇਂ ਜਨਮ ਦਿਨ ਬਰਥਡੇ ਮਨਾ ਕੇ, ਅਤੇ ਦਿਨਾਂ ਬਜ਼ੁਰਗਾਂ ਦੇ ਮੱਥੇ 'ਤੇ ਹੱਥ ਰੱਖ ਕੇ ਆਸ਼ੀਰਵਾਦ। ਤੇਰੀ ਗੱਲ ਕੋਈ ਨਹੀਂ ਸੀ, ਤੈਨੂੰ ਵਿੱਚ ਫਸਾਇਆ ਸੀ ਕਾਲ ਦੇ ਉੱਤੇ ਲੈ ਕੇ ਸਿੰਘ ਸਾਹਿਬ ਨੂੰ, ਅਤੇ ਨਾਲ ਮੇਰੇ ਖਿਆਲ ਦਲਗੀਰ ਸਾਹਿਬ ਵੀ ਹੈਗੇ ਸਨ, ਡਾਕਟਰ ਦਲਗੀਰ ਹੋਣੀ ਵੀ ਲੈ ਸਨ ਉਹਨਾਂ ਰੇਡੀਓ 'ਤੇ ਸਨ, ਉਹ ਆਪਣੇ ਉਹਦੇ 'ਚ ਹੈਗੇ ਨੇ ਰਿਕਾਰਡਿੰਗ 'ਚ, ਅਤੇ ਤੇਰੀ ਇਹਨਾਂ ਨੇ ਰੇਲ ਬਣਾਈ ਸੀ ਉਦੋਂ, ਤੈਨੂੰ ਗੱਲ 'ਚ ਨਹੀਂ ਆਈ ਉਦੋਂ, 15 ਸਾਲ ਪਹਿਲਾਂ ਦੀ ਜਿਹੜੀ ਤੂੰ ਗੱਲ ਕਰ ਰਿਹਾ ਨਾ, ਨਾਲੇ 15 ਸਾਲ ਪਹਿਲਾਂ ਵਾਲੀ ਗੱਲ ਨੂੰ ਅੱਜ ਸਿੱਧ ਕਿੱਦਾਂ ਕਰੇਗਾ? ਜੇ ਤੂੰ ਮੰਨਦਾ ਵਾ ਵੀ ਉਦੋਂ ਸੁਸਾਧ ਸੀ, ਅਤੇ ਤੇਰੀ ਸਾਧ ਪੁਣੇ ਨੂੰ, ਤੇਰੇ ਉਸ ਅਖੌਤੀ ਸਾਧ ਪੁਣੇ ਨੂੰ, ਤੇਰੇ ਪਖੰਡ ਨੂੰ ਉਹਨਾਂ ਨੇ ਖੰਡਨ ਕੀਤਾ, ਅਤੇ ਅੱਜ ਉਸ ਗੱਲ ਦੇ ਉੱਤੇ ਤੂੰ ਮਿਹਣਾ ਕਿਵੇਂ ਬਣਾ ਸਕਦਾ, ਇਹੋ ਦੱਸ ਦੇ ਮੈਨੂੰ। ਉਦੋਂ ਤੇ ਮੈਂ ਬਾਬਿਆਂ ਵਾਲੇ ਪਾਸੇ ਸੀ, ਤੇ ਮੇਰੇ ਨਾਲ ਗੱਲਬਾਤ ਕਰਦਾ ਕਹਿੰਦਾ, ਅਖੇ ਕੈਨੇਡਾ ਤੋਂ ਆਇਆ $1,00,000 ਲੈ ਗਿਆ ਕਹਿੰਦਾ। ਮੈਂ ਕਿਹਾ ਜੀ ਦਰਸ਼ਨ ਸਿੰਘ ਜੀ, ਪ੍ਰੋਫੈਸਰ ਸਾਹਿਬ ਮੇਰੇ ਤੋਂ ਆ ਕੇ ਹਿਸਾਬ ਲੈ ਲਓ ਵੀ ਕਿੱਥੇ ਕਿੱਥੇ ਲੱਗਿਆ, ਕਿੰਨੀ ਜਗ੍ਹਾ ਖਰੀਦੀ, ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ, ਮੈਂ ਹਿਸਾਬ ਦੇਣ ਨੂੰ ਤਿਆਰ ਹਾਂ। ਆਹ ਨੁਕਤਾ ਜਿਹੜਾ ਨਾ, ਅਸੀਂ ਤੁਹਾਡੇ ਨਾਲ ਹੁਣ ਥੋੜ੍ਹਾ ਜਿਹਾ ਸਾਂਝਾ ਕਰਨਾ ਵੀ ਕਿੰਨੀ ਜਗ੍ਹਾ ਖਰੀਦੀ, ਕਿੱਥੇ ਖਰੀਦੀ, ਅਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ। ਪਹਿਲਾਂ ਮੈਨੂੰ ਇਹਨਾਂ ਦੱਸ ਦਿਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਜੇ ਤੁਸੀਂ ਸਾਰੇ, ਕਿ ਗੁਰੂ ਗ੍ਰੰਥ ਤੁਹਾਡਾ ਗੁਰੂ ਹੈ, ਕਿਉਂਕਿ ਤੁਹਾਡੇ ਇੱਕ ਸ਼ਖਸ ਨੇ, ਤੁਹਾਡੇ ਭਾਈ ਨੇ, ਜਿਹੜਾ ਤੁਹਾਡੇ ਬਿਹਾਫ 'ਤੇ ਗੱਲ ਕਰਦਾ ਹੈ, ਜਿਹੜਾ ਤੁਹਾਨੂੰ ਮੁੱਖ ਰੱਖ ਕੇ ਗੱਲ ਕਰਦਾ ਹੈ, ਨਵੀਆਂ ਪਿਰਤਾਂ ਪਾਉਣ ਵਾਲਾ, ਉਹਨੇ ਤਾਂ ਗੁਰੂ ਗ੍ਰੰਥ ਨੂੰ ਗੁਰੂ ਘੋਸ਼ਿਤ ਕਰਨਾ ਬੰਦ ਕਰ ਦਿੱਤਾ, ਉਹ ਤਾਂ ਮੰਨਦਾ ਹੀ ਨਹੀਂ ਗ੍ਰੰਥ ਨੂੰ ਗੁਰੂ। ਜਿਸ ਗ੍ਰੰਥ ਨੂੰ ਤੁਸੀਂ ਗੁਰੂ ਹੀ ਨਹੀਂ ਮੰਨਦੇ, ਅਤੇ ਤੁਸੀਂ ਜਗ੍ਹਾ ਉਹਦੇ ਨਾਲ ਲਵਾ ਕੇ ਕੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਜੀ? ਗ੍ਰੰਥ ਦੀ ਆੜ ਵਿੱਚ ਤੁਸੀਂ ਪ੍ਰੋਪਰਟੀ ਬਣਾ ਰਹੇ ਜੇ, ਸਿੱਧਾ ਕਹੋ, ਗੁਰੂ ਗ੍ਰੰਥ ਦੀ ਆੜ ਵਿੱਚ ਪ੍ਰੋਪਰਟੀ ਬਣਾ ਰਹੇ ਜੇ। ਜੇ ਗੁਰੂ ਗ੍ਰੰਥ ਦੀ ਆੜ 'ਚ ਪ੍ਰੋਪਰਟੀ ਗ੍ਰੰਥ ਦੀ, ਕੀ ਗ੍ਰੰਥ ਦਾ ਸਿਧਾਂਤ ਲਾਗੂ ਆ? ਕੀ ਉੱਥੇ ਉਹ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲਾਗੂ ਹੈ? ਫਿਰ ਗੁਰੂ ਗ੍ਰੰਥ ਅਤੇ ਰਾਜ ਸਮਾਜ ਅਤੇ ਧਰਮ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਬੋਲਦਾ ਹੈ। ਕਿੱਥੇ ਗਈ ਤੁਹਾਡੀ ਰਾਸੀ ਵਿਚਾਰਧਾਰਾ? ਤੁਸੀਂ ਤਾਂ ਸਟੇਟ ਦੇ ਹੱਕ 'ਚ ਬੋਲਦੇ ਜੇ, ਗੁਰੂ ਗ੍ਰੰਥ ਦੀ ਆੜ ਦੇ ਵਿੱਚ ਪ੍ਰੋਪਰਟੀਆਂ ਬਣਾਉਂਦੇ ਜੇ, ਨਾਂ ਵਰਤਦੇ ਜੇ ਗੁਰੂ ਗ੍ਰੰਥ ਦਾ, ਉੱਤੇ ਕਿਹੜੀ ਬੇਸ਼ੱਕ ਅਸੀਂ ਸਾਡੇ ਲੱਖ ਮਤਭੇਦ ਹੋਣ, ਹਾਂਜੀ
ਆਪਣਾ ਸ਼੍ਰੋਮਣੀ ਕਮੇਟੀ ਨਾਲ, ਪਰ ਇੱਕ ਸੰਸਥਾ ਜਿਹੜੀ ਕਿ ਸਿੱਖਾਂ ਨੇ ਬਣਾਈ ਸੀ ਕਿਸੇ ਸਮੇਂ, ਜਿਹੜੀ ਸੰਸਥਾ ਬੇਸ਼ੱਕ ਪੇਸ਼ਕਾਰੀ ਜਿਹੜੀ ਜਿੱਦਾਂ ਮਰਜ਼ੀ ਸੰਘਰਸ਼ 'ਚੋਂ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ, ਪਰ ਐਂਡ ਆਫ ਦੀ ਡੇ ਜਿਹੜਾ ਇਹਦੇ ਵਿੱਚ ਸਾਡੀ ਚੰਗੀ ਸੋਚ ਵਾਲੇ ਸਿੱਖ ਵੜ ਕੇ ਇਹ ਇੱਕ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। ਕੀ ਇਹ ਤੁਹਾਡਾ ਗੁਰਦੁਆਰੇ ਨੂੰ ਜਿਹੜਾ ਤੁਸੀਂ ਗੁਰਦੁਆਰਾ ਕਹਿੰਦੇ ਡੇਰਾ, ਉਹਨੂੰ ਐਡਮਿਨਿਸਟਰ ਜਿਹੜੀ ਆ ਉਹ ਆਪਣਾ ਸ਼੍ਰੋਮਣੀ ਕਮੇਟੀ ਕਰਦੀ ਹੈ? ਕੀ ਉਹਦੇ ਅਧੀਨ ਆਉਂਦਾ ਹੈ ਤੁਹਾਡਾ? ਕੀ ਇਹਦੀ ਆਡਿਟ ਹੋ ਰਹੀ ਹੈ? ਤੁਸੀਂ ਵਾਰ ਵਾਰ ਇੱਕ ਗੱਲ ਕਹੀ ਜਾਂਦੇ ਜੇ ਗ੍ਰੰਥ ਦੇ ਨਾਂ 'ਤੇ ਪ੍ਰੋਪਰਟੀ ਕਿਹੜੀ ਹੈ ਤੁਹਾਡੀ ਆਡਿਟ ਦੀ ਰਿਪੋਰਟ ਕਿੱਥੇ ਹੈ? ਹਰ ਸਾਲ ਦੀ ਕੀ ਤੁਹਾਡੀ ਆਡਿਟ ਹੋ ਰਹੀ ਹੈ? ਤੁਹਾਡਾ ਆਪਣਾ ਨਿੱਜੀ ਹੈ, ਤੁਸੀਂ ਬਾਥਰੂਮ ਆਪਣੇ ਆਪ ਹੀ ਕਹਿੰਦੇ ਜੇ ਵੇਹਦੇ ਜੇ, ਤੁਸੀਂ ਆਪਣੇ ਆਪ ਲੰਗਰ ਵੇਹਦੇ ਜੇ, ਨਿੱਜੀ ਦੁਆਰਾ ਹੈ ਤੁਹਾਡਾ। ਗੁਰੂ ਗ੍ਰੰਥ ਦੇ ਨਾਂ 'ਤੇ ਪ੍ਰੋਪਰਟੀ ਲਾਈ ਹੈ, ਵਾਰ ਵਾਰ ਲੋਕਾਂ ਨੂੰ ਗੁੰਮਰਾਹ ਨਾ ਕਰੋ। ਕਹਿੰਦਾ ਕਰਨਾ ਚਾਹੀਦਾ ਹਿਸਾਬ ਕਰਨਾ ਚਾਹੀਦਾ। ਮੈਂ ਫਿਰ ਅੱਗੋਂ ਕਹਿਤਾ, ਮੈਂ ਕਿਹਾ ਮੈਂ ਵੀ ਕੈਨੇਡਾ ਆਉਣਾ ਤੇਰਾ ਹਿਸਾਬ ਲੈਣ, ਵੀ 40 ਸਾਲ ਲੋਕਾਂ 'ਚ ਕੀਰਤਨ ਕਰਕੇ ਪੈਸਾ ਤੇਰਾ ਕਿੱਧਰ ਗਿਆ? ਤੂੰ ਹਿਸਾਬ ਲੈਣ ਆਉਣਾ, ਤੂੰ ਤੇ ਆਪਣੇ ਆਪ ਮੰਨ ਗਿਆ ਵੀ $1,00,000 ਇਕੱਠਾ ਕਰਕੇ ਲੈ ਗਿਆ ਮੈਂ। ਹਾਂਜੀ ਠੀਕ ਹੈ, ਹੁਣ ਤੂੰ ਇਹ ਸਾਬਤ ਕਰ ਵੀ ਤੇਰੇ ਵਾਂਗੂ ਸਕੂਲ ਖੋਲ੍ਹਣੇ, ਆਪਣਾ ਹਸਪਤਾਲ ਖੋਲ੍ਹਣੇ, ਐਸੀਆਂ ਗੱਪਾਂ ਮਾਰ ਕੇ ਆਹ ਕਰਨਾ, ਇੱਥੇ ਸਾਨੂੰ ਆਹ ਸੰਸਥਾ ਚਾਹੀਦੀ ਹੈ, ਅਮਰੀਕਾ 'ਚ ਚਾਹੀਦੀ ਹੈ, ਇੱਦਾਂ ਦੇ ਵੱਡੇ ਵੱਡੇ ਲਾਰੇ ਲਾ ਕੇ ਪ੍ਰੋਫੈਸਰ ਨੇ ਪੈਸੇ ਕਿੱਥੋਂ ਇਕੱਠੇ ਕੀਤੇ ਆ? ਦੱਸ ਵੀ ਕਿੱਥੇ ਅਨਾਊਂਸਮੈਂਟ ਕੀਤੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਵੀ ਪੈਸੇ ਦੇ ਦਿਓ ਮੈਨੂੰ ਅਤੇ ਮੈਂ ਆਹ ਕੰਮ ਕਰਨਾ ਹੈ? ਤੂੰ ਤਾਂ ਰੋਜ਼ ਮੰਗਦਾ, ਤੂੰ ਅੱਜ ਵੀ ਮੰਗਣ ਡਿਆ ਹੈ ਆਹ ਜਿਹੜਾ ਤੂੰ ਬੋਲਣ ਡਿਆ ਨਾ, ਜੋ ਕੁਛ ਵੀ ਹੁਣ ਅੱਗੇ ਤੇਰੀ ਗੱਲ ਸਪਸ਼ਟ ਹੋ ਜਾਣੀ ਹੈ ਵੀ ਤੈਨੂੰ ਪ੍ਰੋਫੈਸਰ ਸਾਹਿਬ ਦਾ ਨਾਂ ਲੈ ਕੇ ਤੂੰ ਕਹਿਣਾ ਕੀ ਚਾਹੁੰਦਾ। ਅਸਲ 'ਚ ਮਸਲਾ ਇੱਥੇ ਪ੍ਰੋਫੈਸਰ ਸਾਹਿਬ ਦਾ ਹੈ ਹੀ ਨਹੀਂ। ਹਾਂਜੀ ਮਸਲਾ ਅੱਗੇ ਵੀ ਤੇਰਾ ਆਉਣਾ, ਹੁਣ ਤੂੰ ਦੱਸਣਾ ਵੀ ਮੈਂ ਕੀ ਕਰਦਾ ਵਾਂ, ਲੋਕਾਂ ਦੇ ਸਾਹਮਣੇ ਸੁਣਨਾ ਹੈ। ਹੁਣ ਜਿਹਨੇ ਸੋਚਿਆ ਨਾ ਵੀ ਮੈਂ ਜਾਣ ਲੱਗਾ 10 ਪਾ ਜੂੰਗਾ ਤੇਰੇ ਅਗਲੇ ਮੈਨੂੰ ਸੁੱਟ ਜੂੰ, ਉਹਨੇ ਹੁਣ 20 ਸੁੱਟ ਕੇ ਜਾਣੇ ਵਿਚਾਰੇ ਨੇ। ਤੂੰ ਗਣਾ ਹੀ ਇੰਨਾ ਕੁਝ ਦਿੱਤਾ ਵਾ। ਚਲੋ 15 ਸਾਲ ਪਹਿਲਾਂ ਮੈਂ ਇਹ ਗੱਲ ਕਹੀ ਆ ਤੇ ਸਾਡੇ ਵਰਗਿਆਂ ਨੂੰ ਪਤਾ ਕੀ ਕਹਿੰਦੇ ਆ, ਇਹ ਡੇਰੇਦਾਰ ਹੈ ਜੀ, ਇਹ ਸਾਧ ਹੈ ਜੀ, ਇਹ ਪਖੰਡੀ ਹੈ ਜੀ। ਪਰ ਚੇਤਾ ਰੱਖੋ ਵੀਰੋ, ਮੇਰੇ ਵਰਗਿਆਂ ਨੂੰ ਕਹਿੰਦੇ ਘਰ ਚਲਿਆ ਜਾਵੇ ਫਿਰ ਅਸਲ ਗੱਲ ਬਣੇ। ਅੱਜ ਮੈਂ ਘਰ ਚਲਿਆ ਜਾਵਾਂ ਨਾ, ਮੇਰੇ ਮਾਂ ਨੂੰ, ਮੇਰੇ ਪਿਓ ਨੂੰ, ਮੇਰੇ ਭਰਾ ਨੂੰ ਉਹ ਤੇ ਚਾਅ ਚੜ ਜਾਏਗਾ। ਮੇਰਾ ਪਿਓ ਕਹਿਣਾ ਹੈ ਮੈਂ ਤੇਰੇ ਨਾਲ ਗੱਡੀ 'ਚ ਬੈਠਿਆ ਕਰੂੰ, ਭਰਾ ਕਹੂ ਮੈਂ ਗੱਡੀ ਚਲਾ ਕੇ 에ਅਰਪੋਰਟ ਤੋਂ ਲੈ ਕੇ ਆਇਆ ਕਰੂੰ, ਜਿਹੜਾ 30 ਲੱਖ ਆਉਂਦਾ ਸਿੱਧਾ ਹੀ ਘਰ ਰੱਖੋ ਸਤਨਾਮ। ਹਰੇਕ ਟੂਰ ਵਿੱਚ ਜ਼ਮੀਨ ਖਰੀਦਿਆ ਕਰਾਂਗੇ। ਜਿੱਡਾ ਡੇਰਾ ਤੋਂ ਬਣਾਇਆ ਲੋੜਿਆ ਤੈਨੂੰ ਓਡੇ ਦੀ ਗੱਲ ਹੀ ਕਰਨੀ ਆ, ਕਰਨੀ ਤੂੰ ਇੰਟਰਨੈਟ 'ਤੇ ਆ, ਅਸੀਂ ਵੀ ਬੈਠੇ ਕਰੀ ਜਾਂਦੇ ਹਾਂ ਇੱਕ ਕਮਰੇ 'ਚ। ਹਾਂਜੀ ਆਪਾਂ ਵੀ ਬਣਾਇਆ ਸਿਸਟਮ ਖੜਾ ਕੀਤਾ ਵਾ ਸਾਰਾ, ਇੱਕ ਕਮਰੇ 'ਚ ਬੈਠੇ ਗੱਲ ਕਰੀ ਜਾਂਦੇ ਜੀ, ਅਸੀਂ ਇੰਟਰਨੈਟ ਦੇ ਮਾਧਿਅਮ ਰਾਹੀਂ ਕਰਨੀ ਹੈ ਇੱਥੇ। ਤੂੰ ਕਿਹੜਾ ਕੋਈ ਬਾਹਰ ਫੀਲਡ 'ਚ ਜਾ ਕੇ ਵਰਕ ਕਰ ਰਿਹਾ? ਮਸਲਾ ਤਾਂ ਅਥਾਰਟੀ ਪ੍ਰਜੈਂਟ ਕਰਨਾ ਨਾ ਤੂੰ, ਆ ਇੱਡੇ ਖਰਚੇ ਪਾਣੀ ਜਿਹੜੇ ਗਿਣਾਈ ਜਾਂਦਾ ਕਰ ਕੀ ਰਿਹਾ ਤੂੰ? ਕੀ ਇਹਦਾ ਸਾਨੂੰ ਦੱਸ ਵੀ ਇਹਦੀ ਸਾਰੂ ਪਹੁੰਚ ਕੀ ਹੈ, ਕੀ ਇਹਦਾ ਬਦਲਾਵ ਹੈ? ਹਰੇਕ ਟੂਰ ਦੇ ਵਿੱਚ ਪ੍ਰੋਪਰਟੀ ਖਰੀਦਿਆ ਕਰਾਂਗੇ। ਆ ਜਿੰਨਾ ਕੁਝ ਸਾਰਾ ਸਾਰੇ ਦਾ ਸਾਰਾ ਇਹ ਬੰਦੇ ਗੱਲਾਂ ਕਰਦੇ ਆ ਵੀ ਸਾਡਾ ਜੀ ਇਹ ਡੇਰੇਦਾਰ ਹੈ, ਸਾਧ ਹੈ, ਉਹ ਡੇਰੇਦਾਰ ਆ ਜੇ ਸਾਧ ਕਹਿੰਦੇ ਆ ਨਾ, ਮੇਰਾ ਬਣਾਇਆ ਆ ਇੱਥੇ ਹੀ ਪਿਆ, ਅੱਜ ਮਰ ਜਾਗਾ, ਅੱਜ ਵੀ ਸੰਗਤਾਂ ਵਰਤਦੀਆਂ, ਪਹਿਲਾਂ ਵੀ ਸੰਗਤਾਂ ਨੇ ਵਰਤਿਆ ਤੇ ਮੇਰੇ ਮਰਨ ਤੋਂ ਬਾਅਦ ਵੀ ਇਹਨੂੰ ਸੰਗਤਾਂ ਨੇ ਹੀ ਵਰਤਣਾ, ਪਰ ਤੁਹਾਡੀਆਂ ਬਣਾਈਆਂ ਪ੍ਰੋਪਰਟੀਆਂ ਤੁਹਾਡੇ ਅੱਜ ਮਰ ਗਿਆ ਸੰਗਤਾਂ ਨੇ ਵਰਤਣਾ, ਕੱਲ੍ਹ ਮਰ ਗਿਆ ਸੰਗਤਾਂ ਨੇ ਵਰਤਣਾ। ਮੈਨੂੰ ਇਹ ਦੱਸ, ਇਹ ਸੰਗਤਾਂ ਰਾਧਾ ਸਵਾਮੀਆਂ 'ਤੇ ਘੱਟ ਜਾਂਦੀਆਂ ਨੇ, ਡੇਰਿਆਂ 'ਤੇ ਘੱਟ ਜਾਂਦੀਆਂ ਨੇ, ਉਹ ਵੀ ਮਰਦੇ ਨੇ, ਅਗਲੇ ਨਿਯੁਕਤ ਕਰਕੇ ਜਾਂਦੇ ਨੇ ਨਾਲ ਹੀ, ਚੇਨ ਵਰਕਿਆ ਚੱਲਦਾ ਸਿਸਟਮ ਸਾਰਾ ਕੁਝ, ਜਿਹਦੀ ਬਾਂਹ 'ਚ ਬਾਂਹ ਪਾ ਕੇ ਤੁਰੇ ਫਿਰਦੇ ਜੇ ਨਾ, ਹਾਂਜੀ ਕੀ ਪਤਾ ਅਗਲੀ ਵਾਰ ਉਹਨੇ ਆਉਣਾ ਹੈ ਜਾਂ ਕੋਈ ਆਉਣ ਵਾਲਾ ਹੋਰ ਸੈੱਟ ਕਰਕੇ ਜਾਓਗੇ। ਤੁਸੀਂ ਤਾਂ ਆਪਣੇ ਸਟਾਈਲ ਵਾਲੀਆਂ ਪੱਗਾਂ ਬਣਾਉਣੀਆਂ ਸ਼ੁਰੂ ਕਰਵਾ ਦਿੱਤੀਆਂ ਲੋਕਾਂ ਨੂੰ, ਡੇਰਾ ਖਾਲੀ ਛੱਡ ਜਾਓਗੇ ਵੀ ਸੰਗਤਾਂ ਦੇ ਭੁਲੇਖੇ ਡੇਰਾ ਛੱਡ ਕੇ ਗਾਂਹ ਜਾਓਗੇ? ਬੇਵਕੂਫ ਨਾ ਬਣਾਓ ਲੋਕਾਂ ਨੂੰ, ਨਾ ਹੀ ਲੋਕ ਏਡੇ ਪਾਗਲ ਨੇ ਵੀ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਆ ਜਾਣਗੇ ਸੰਗਤਾਂ ਨੇ ਵਰਤਾ। ਅੱਛਾ ਸੰਗਤਾਂ ਅੰਮ੍ਰਿਤਸਰ, ਤਰਨ ਤਾਰਨ ਜਾਂ ਜਿੱਥੋਂ ਵੀ ਕਦੇ ਆਉਂਦੀਆਂ ਨੇ ਤੁਹਾਡੇ ਕਹਿਣ ਮੁਤਾਬਕ, ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ, ਤੁਹਾਡਾ ਉਹ ਪਿਸ਼ਾਬਖਾਨੇ ਦੇ ਵਿੱਚ ਆਣ ਕੇ ਅਤੇ ਬਾਥਰੂਮ ਕਰਨ ਆਉਂਦੀਆਂ ਨੇ, ਐਡੀ ਦੂਰ ਵਰਤਣ ਆਉਂਦੀਆਂ ਨੂੰ, ਹੈ ਬੇਸ਼ਰਮ। ਜਿਹੜੇ ਆਉਂਦੇ ਨੇ ਨਾ ਉਹ ਦਹਾਂ ਦਾ ਲੰਗਰ ਖਾਂਦੇ ਨੇ, ਤਾਂ ਤੇਰੀਆਂ ਤਰਲੇਬਾਜ਼ੀਆਂ ਸੁਣ ਕੇ 500-800 ਤੇਰੇ ਮੂੰਹ ਦੇ ਗਾੜੀ ਰੱਖ ਕੇ ਜਾਂਦੇ ਨੇ ਵੀ ਲੈ ਸ਼ੱਕ
ਬੱਚਿਆਂ ਨੇ ਵਰਤਣੀਆਂ, ਤੁਹਾਡਿਆਂ ਪਰਿਵਾਰਾਂ ਨੇ ਵਰਤਣੀਆਂ। ਸੰਗਤ ਨੇ ਭੇਟਾ ਤੁਹਾਨੂੰ ਵੀ ਦਿੱਤੀ ਹੈ, ਭੇਟਾ ਮੈਨੂੰ ਵੀ ਦਿੱਤੀ ਹੈ, ਪਰ ਮੇਰੀ ਭੇਟਾ ਤੁਸੀਂ ਜਿੱਥੇ ਮਰਜ਼ੀ ਆ ਕੇ ਵੇਖ ਲਿਓ, ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਕੇ ਹਰ ਚੀਜ਼ ਮੇਰੀ ਰਹਿਸ਼ ਹੈ। ਮੇਰੇ ਕੋਲ ਕਮਰੇ ਹੈ ਚਾਰ, ਉਹ ਕਮਰੇ ਜਿੱਦਣ ਮੈਂ ਮਰ ਗਿਆ ਉਦਣ ਸੰਗਤ ਦੇ ਹੈ। ਇਹ ਥੋੜਾ ਹੋਏਗਾ ਮੇਰਾ ਭਰਾ ਸੰਗਤ ਦਾ ਵੀ ਨਾਮਕਰਨ ਕਰ ਦਿਓ, ਕਿਹੜੀ ਸੰਗਤ ਦੇ ਆ ਹੁਣ ਸੰਗਤ ਕਿਹੜੀ ਹੈ? ਮਤਲਬ ਦੋ ਬੰਦੇ ਆਪਣੇ ਖੜੇ ਕਰਕੇ ਸੰਗਤ ਦੇ ਨੇ, ਜਿਵੇਂ ਆਪੋ ਆਪਣੇ ਪੰਜ ਪਿਆਰੇ, ਇੱਦਾਂ ਹੀ ਆਪਣੀ ਸੰਗਤ ਵੀ ਸਭ ਸੰਗਤ ਦੇ ਨੇ। ਅੱਛਾ ਸੰਗਤ ਜਿਹੜੀ ਤੁਹਾਨੂੰ ਸੰਗਤ ਸਵਾਲ ਪੁੱਛਦੀ ਹੈ, ਇਹ ਵੀ ਸੰਗਤ ਦਾ ਹਿੱਸਾ। ਜਿਹੜੀ ਤੁਹਾਨੂੰ ਸਵਾਲ ਪੁੱਛਦੀ ਹੈ ਜਾਂ ਤੁਹਾਡੇ ਸੰਬੰਧ 'ਚ ਗੱਲ ਕਰਦੀ ਹੈ, ਉਹਦੇ ਉੱਤੇ ਤੁਸੀਂ ਚਾੜ ਦਿੰਦੇ ਜੇ ਆਪਣੇ ਬਗਿਆੜ ਨਿਊਜ਼ੀਲੈਂਡ ਵਾਲੇ, ਹੈਂ ਉਹਨੂੰ ਤੁਸੀਂ ਸੰਗਤ ਦਾ ਹਿੱਸਾ। ਸੰਗਤ ਕੌਣ ਆ? ਜਿਹੜੇ ਤੁਹਾਡੇ ਚਾਪਲੂਸ ਨੇ, ਜਿਨ੍ਹਾਂ ਨੂੰ ਤੁਹਾਡੇ ਚਾਪਲੂਸੀ ਕਰਦੇ ਨੇ, ਉਹਨੂੰ ਤੁਸੀਂ ਸੰਗਤ ਕਹਿੰਦੇ ਜੇ? ਨਾ ਗਮਰਾਹ ਕਰੋ ਲੋਕਾਂ ਨੂੰ, ਸੰਗਤ ਵਾਲਾ ਮਸਲਾ ਕੋਈ ਨਹੀਂ, ਚਾਰ ਕਮਰੇ ਨੇ ਇਹਦੇ 'ਚ ਸੰਗਤ ਕਿੱਥੇ? ਫਿਰ ਜੇ ਉਹਦੇ 'ਚ ਸੰਗਤ ਬਹਿਣਾ ਚੌਂ ਕਮਰਿਆਂ 'ਚ, ਸੰਗਤ ਆਊ ਕਿੱਦਾਂ ਇੰਨੇ ਕੁ ਕਮਰਿਆਂ 'ਚ? ਉਹਨਾਂ ਚੌਂ ਕਮਰਿਆਂ ਦੇ ਵਿੱਚ ਸੰਗਤ ਵੜੇਗੀ ਕਿਵਾਂ? ਇਹ ਦੱਸੋ ਵੀ ਕਿਹੜੀ ਸੰਗਤ, ਕੌਣ ਕੌਣ ਨੇ ਉਹ ਸੰਗਤ ਦੇ ਖਾਸ ਚੁਨਿੰਦਾ ਨੁਮਾਇੰਦੇ ਜਿਹਨਾਂ ਨੇ ਤੁਹਾਡੇ ਉਹ ਚਾਰ ਕਮਰੇ ਵਰਤਣੇ ਆ? ਅੱਗੇ ਬਹਿ ਜਾਏਗਾ ਉੱਥੇ ਮੇਰਾ ਟੱਬਰ, ਆ ਕੇ ਬਹਿ ਜਾਏਗਾ ਉੱਥੇ। ਇੱਕ ਹਿੱਸਾ ਇਸ ਪਰਮੇਸ਼ਰ ਦੁਆਰ ਦਾ ਮੇਰੇ ਕੋਲ ਹੈ, ਜਿਹੜਾ ਮੈਂ ਪਰਸਨਲ ਵਰਤਦਾ, ਮੇਰੀ ਰਹਿਸ਼ ਹੈ, ਤੇ ਜਿੱਦਣ ਮਰ ਗਿਆ ਉਦਣ ਉਹ ਵੀ ਸੰਗਤ ਦਾ ਹੈ, ਬਾਕੀ ਤੇ ਸੰਗਤ ਪਹਿਲਾਂ ਹੀ ਵਰਤਦੀ ਹੈ। ਤੇ ਜਿਹੜੇ ਬੰਦੇ ਘਰਾਂ ਵਿੱਚ ਰਹਿ ਕੇ ਗੱਲਾਂ ਕਰਦੇ, ਅਸਲ ਵਿੱਚ ਆਪ ਕਰ ਨਹੀਂ ਸਕਦੇ, ਆ ਕੰਮ ਕਰਨ ਵਾਸਤੇ ਮਿਹਨਤ ਕਰਨੀ ਪੈਣੀ ਹੈ ਵੀਰੋ। ਲੰਗਰ ਕਿੱਥੋਂ ਪੱਕਣਾ ਹੈ, ਰਾਸ਼ਨ ਕਿੱਥੋਂ ਆਉਣਾ ਹੈ, ਖੰਡ ਕਿੱਥੋਂ ਆਉਣੀ ਹੈ, ਦੁੱਧ ਕਿੱਥੋਂ ਆਉਣਾ ਹੈ, ਤੁਸੀਂ ਚਾਹ ਦਾ ਪ੍ਰਬੰਧ ਕਿਵੇਂ ਕਰਨਾ ਹੈ, ਸਬਜ਼ੀਆਂ ਕਿੱਥੋਂ ਆਉਣੀਆਂ ਹੈ, ਪ੍ਰਸ਼ਾਦੇ ਕਿੱਥੋਂ ਪੱਕਣਗੇ, ਕਿੱਥੋਂ ਸੰਗਤ ਆਏਗੀ, ਕਿੱਥੋਂ ਬਣਾਉਣੇ ਹੈ, ਬਣਾਉਣ ਤੋਂ ਬਾਅਦ ਸੰਗਤ ਨੇ ਬਹਿਣਾ ਕਿੱਥੇ ਹੈ, ਲੰਗਰ ਕਿੱਥੇ ਛਕਣਗੇ, ਜੇ ਛਕਣਾ ਹੈ ਅਗਲੇ ਨੇ ਜਲ ਪਾਣੀ ਲੰਗਰ 'ਚ ਬਹਿ ਕੇ ਛਕਣਾ ਹੈ, ਭਾਈ ਜੇ ਕਿਸੇ ਨੇ ਇਸ਼ਨਾਨ ਕਰਨਾ ਹੈ ਉਹ ਕਿੱਥੇ ਕਰਨਾ ਹੈ, ਕੋਈ ਬਾਥਰੂਮ ਜਾਣਾ ਚਾਹੁੰਦਾ ਕਿੱਥੇ ਜਾਏਗਾ। ਆ ਇੱਥੇ ਬਾਥਰੂਮ ਬਣੇ ਆ, ਤੁਸੀਂ ਸਾਰਿਆਂ ਨੇ ਵੇਖਿਆ, ਜੇ ਜ਼ਿਆਦਾ ਨਹੀਂ ਤੇ 70-80 ਲੱਖ ਰੁਪਇਆ ਬਾਥਰੂਮਾਂ ਤੇ ਲੱਗਿਆ। ਆ ਗੱਲ ਹੈ, ਪੈਸੇ ਦਾ ਗਲਾ ਆ। ਅੱਛਾ ਹਾਂ, ਮਤਲਬ ਬਾਥਰੂਮ ਲੰਗਰ ਕਿੱਥੇ ਛਕਣਾ ਹੈ, ਕਿੱਥੇ ਬਹਿਣਾ ਹੈ, ਇਹ ਤੇ ਹੈ ਜਿੱਦਾਂ ਟੀਵੀ ਦੇ ਵਿੱਚ ਪ੍ਰੋਗਰਾਮ ਆਉਂਦੇ ਨਾ ਟੀਵੀ 'ਚ, ਵੀ ਸਬਜ਼ੀ ਕਿਵੇਂ ਬਣਾਉਣੀ ਹੈ, ਉਹ ਫਿਰ ਇਕੱਲੇ ਇਕੱਲੇ ਸਟੈਪ ਬਾਏ ਸਟੈਪ ਦੱਸਦੇ ਨੇ ਸਬਜ਼ੀ ਕਿਵੇਂ ਬਣਾਉਣੀ ਹੈ, ਇੱਦਾਂ ਸਬਜ਼ੀ ਫੜਨੀ ਹੈ, ਇੱਦਾਂ ਕੱਟਣੀ ਹੈ, ਇੰਨਾ ਲੂਣ ਪਾਉਣਾ ਵਾ, ਇੰਨਾ ਤੇਲ ਪਾਉਣਾ ਵਾ, ਇੰਨਾ ਚਿਰ ਇਹਨੂੰ ਰਿੰਨਣਾ ਹੈ, ਉਸ ਤੋਂ ਬਾਅਦ ਇੰਨਾ ਚਿਰ ਢੱਕਣੀ ਹੈ। ਮਤਲਬ ਗੱਲ ਨੂੰ ਵੱਡਾ ਕਰਨ ਵਾਸਤੇ ਗੱਲ ਨਿੱਕੀ ਜੀ ਹੈ, ਉਹਨੂੰ ਕਿੱਡਾ ਵੱਡਾ ਕਰਕੇ ਪੇਸ਼ ਕੀਤਾ ਜਾ ਰਿਹਾ। ਛਿੱਕ ਆਏ ਤਾਂ ਕੀ ਕਰੋਗੇ? ਨਹੀਂ, ਬਾਥਰੂਮ ਕਿੱਥੇ ਜਾਣਾ ਹੈ, ਖੁਰਕ ਹੋਈ ਕਿੱਥੇ ਜਾਣਾ ਹੈ, ਛਿੱਕ ਆਈ ਕਿੱਥੇ ਜਾਓਗੇ, ਡਕਾਰ ਆਇਆ ਕਿੱਥੇ ਜਾਓਗੇ? ਐਕਚੁਅਲੀ ਇਹ ਹੁੰਦਾ ਇਮੋਸ਼ਨਲ ਬਲੈਕਮੇਲ। ਮੂਹਰੇ ਬੈਠੇ ਨਾ, ਮੈਂ ਅੱਧਾ ਮਿੰਟ ਲਵਾਂ, ਬੰਦੇ ਦੇਖਦੇ ਵੀ ਕਿੱਡੀ ਬੀਬੀ ਸੰਗਤ ਹੈ ਤੁਹਾਡੀ, ਕਿੰਨੇ ਇਕਾਗ ਦੇਖੋ ਤੁਹਾਡੇ ਵੱਲ ਪੂਰਾ ਧਿਆਨ, ਬੰਦੇ ਨਾਲ ਵੀ ਬੈਠੇ ਹੁੰਦੇ ਕੋਈ, ਉਹ ਕਹਿੰਦੇ ਗੱਲ ਸੁਣੋ, ਘੋੜੇ ਦੇਖੇ ਤੁਸੀਂ ਟੰਗ ਦੇ ਮੂਹਰੇ ਸਿੱਧਾ? ਅਗਲਾ ਕਹਿੰਦਾ ਘੋੜਾ ਤਿੰਡ ਕਿੰਨਾ ਆਗਿਆਕਾਰੀ ਹੈ, ਕਹਿੰਦਾ ਖੋਪੇ ਲਾਏ ਇਹਦੇ, ਖੋਪੇ ਲਾਏ ਨੇ, ਖੱਬੇ ਸੱਜੇ ਨਾਲ ਦੇਖੇ, ਬਿਲਕੁਲ ਏਦਾਂ ਇਹਨਾਂ ਨੇ ਲਾਤੇ ਖੱਬੇ ਸੱਜੇ, ਮੰਮੀ ਦੇਖੋ ਨੂੰ ਰੰਗ ਬਰੰਗੇ ਕੱਪੜੇ ਪਾ ਕੇ ਆ ਜਾਂਦਾ ਬੇੜਾ ਬਹਿ ਜੇ, ਵੀ ਬਾਥਰੂਮ ਤੱਕਰ ਚਲਾ ਗਿਆ ਤੂੰ, ਹੈ 50-70-80 ਲੱਖ ਬਾਥਰੂਮਾਂ 'ਤੇ ਲਾਤਾ, ਹੁਣ ਮੈਨੂੰ ਦੱਸ ਵੀ ਜਿਹੜੇ ਸਾਹਮਣੇ ਬੈਠੇ ਨੇ, ਜਿਹੜਾ ਵਿਚਾਰਾ ਸਵੇਰੇ ਬਾਥਰੂਮ ਤੇਰੇ ਬਾਥਰੂਮਾਂ 'ਚ ਕਰਕੇ ਆਇਆ ਹੋਊਗਾ, ਅਤੇ ਉਹਨੇ ਸੋਚਿਆ ਹੋਊ ਕਿ ਅੱਜ 5-10 ਮੈਂ ਬਾਬੇ ਦੇ ਗਾੜੀ ਚੜ੍ਹਾ ਕੇ ਜਾਊਂਗਾ, ਉਹ ਹੁਣ ਉਹਦਾ ਰੇਟ ਵੱਧ ਗਿਆ ਨਾ ਨਾਲ ਹੀ, 70-80 ਲੱਖ ਦਾ ਬਾਥਰੂਮ ਵਰਤੇ ਅਗਲੇ ਨੇ। ਬਹਾਨਾ ਲੈ ਰਿਹਾ ਪ੍ਰੋਫੈਸਰ ਦਰਸ਼ਨ ਸਿੰਘ ਦਾ, ਬਹਾਨਾ ਲਾਇਆ ਤੂੰ ਪ੍ਰੋਫੈਸਰ ਦਰਸ਼ਨ ਸਿੰਘ ਦਾ, ਮਸਲਾ ਤੂੰ ਬਿਜ਼ਨਸ ਤੂੰ ਆਪਣਾ ਪ੍ਰਮੋਟ ਕਰ ਰਿਹਾ, ਹੈਂ ਲੰਗਰ ਕਿਵੇਂ ਪੱਕਣਾ ਵਾ, ਕਿੱਥੇ ਜਾਣਾ ਹੈ, ਬਾਥਰੂਮ ਕਿੱਥੋਂ ਛਿੱਕ ਆਈ, ਕਦੋਂ ਨੂੰ ਜਾਣਾ, ਖੁਰਕ ਹੋ ਗਈ, ਕਦੋਂ ਨੂੰ ਜਾਣਾ, ਬੇੜਾ ਬਹਿ ਜੇ, ਆ ਵੀ ਕਹਿ ਦੇਣਾ ਹੈ, ਨਿੱਕੀਆਂ ਨਿੱਕੀਆਂ ਗੱਲਾਂ, ਇਹ ਵੀ ਨਾਲ ਜ਼ਿਕਰ ਕਰੋ ਨਾ, ਖੁਰਕ ਖਾਨੇ ਬਣਾਓ, ਛਿੱਕ ਖਾਨੇ ਬਣਾਓ, ਵੀ ਜਿੱਥੇ ਜਾ ਕੇ ਖੁਰਕਣਾ ਹੈ, ਜਿੱਥੇ ਜਾ ਕੇ ਛਿੱਕਣਾ ਹੈ, ਵੀ ਇਹ ਕਿੱਡਾ ਕੁ ਕੰਮ ਹੈ, ਕੁੱਤੇ ਨੂੰ ਬਾਥਰੂਮ ਆਵੇ ਉਹਨੂੰ ਵੀ ਪਤਾ ਮੈਂ ਕਿੱਥੇ ਜਾਣਾ, ਕੀ ਕੀਤਾ ਜਾ ਸਕਦਾ, ਵੱਡੀਆਂ ਗੱਲਾਂ ਨੇ, ਉੱਚੀਆਂ ਗੱਲਾਂ ਨੇ, ਗੱਲ ਉਹੀ ਹੈ ਨਾ, ਕਿੱਦਾਂ ਸਮਝ ਸਕਦੇ ਹੋ ਤੁਸੀਂ? ਦੇਖੋ ਇਤਿਹਾਸ, ਸ਼ਰੀਫ ਘੋੜਾ ਸਿੱਧਾ ਹੀ ਜਾਂਦਾ ਦੇਖਦਾ, ਕਹਿੰਦਾ ਖੋਪੇ ਲਾਇਆ ਬਾਈ, ਤੇ ਇਹ ਧਿਆਨ ਰੱਖਿਓ ਸਰੋਤੇ ਹੋ। ਚਲੋ ਹੁਣ ਆਪਾਂ ਅੱਗੇ ਤੇ ਕਮਲਬਾਜੀ ਇਹਦੇ ਜਿਹਨੇ ਮਾਰੀ ਹੈ, ਬਹੁਤਾ ਗਾਂਹ ਜਾਣ ਦੀ ਲੋੜ ਨਹੀਂ ਆ, ਬਾਥਰੂਮਾਂ ਤੱਕ ਆ ਗਏ ਆਪਾਂ, ਉਹਨਾਂ ਨੂੰ ਵੀ ਲੈਣਾ ਤੁਸੀਂ, ਤੇ ਹੁਣ ਆਪਾਂ ਡਾਕਟਰ ਦਲਗੀਰ ਸਾਹਿਬ ਨੂੰ ਲੈਣਾ ਵਾ, ਨਿੱਕੀ ਜੀ ਬ੍ਰੇਕ ਆ, ਤੇ ਉਸ ਤੋਂ ਬਾਅਦ ਆਪਾਂ ਨਾਲ ਹੀ ਡਾਕਟਰ ਦਲਗੀਰ ਨੂੰ ਲਾਈਵ ਕਾਲ 'ਤੇ ਲੈ ਲੈਣਾ ਹੈ। ਅਤੇ ਇਹ ਤੁਸੀਂ ਜੋ ਬਾਬੇ ਬਾਥਰੂਮਾਂ ਵਾਲੇ, ਏ ਟੀ ਐੱਮ ਵਾਲੇ ਬਾਬੇ,
ਇਹਨਾਂ ਦੀਆਂ ਬੜੀਆਂ ਤੁਸੀਂ ਗੈਰ ਕੀਮਤੀ ਗੱਲਾਂ ਸੁਣਦੀਆਂ ਨੇ ਤੇ ਇਹ ਧਿਆਨ 'ਚ ਰੱਖਿਓ ਵੀ ਜਿਹੜੀਆਂ ਗੱਲਾਂ ਕਰ ਰਿਹਾ ਨਾ ਵੀ ਲੰਗਰ ਪੱਕਣਾ ਕਿਵੇਂ, ਖਾਣਾ ਕਿਵੇਂ, ਅੰਦਰ ਕਿਵੇਂ ਜਾਣਾ, ਹੈਂ ਹਜ਼ਮ ਕਿਵੇਂ ਕਰਨਾ, ਕਿਵੇਂ ਹਜ਼ਮ ਕਿਵੇਂ ਕਰਨਾ, ਕਿਵੇਂ ਹੋਣਾ, ਇਹ ਸਭ ਬਿਜ਼ਨਸ ਦੀ ਐਡਵਰਟਾਈਜਮੈਂਟ 'ਚ ਤਕੜਾ ਸੇਲਸਮੈਨ ਜੇ ਬਿਜ਼ਨਸ ਦੀ ਐਡਵਰਟਾਈਜਮੈਂਟ ਹੋ ਰਹੀ ਹੈ। ਜਿਹੜਾ ਵੀ ਇੱਥੇ ਜਾਂਦਾ ਵਾ ਜਦੋਂ ਬਾਥਰੂਮ ਦੇ ਅੰਦਰ ਵੜਿਆ ਉਹਨੂੰ 70-80 ਲੱਖ ਚੇਤੇ ਆਉਣਾ ਵਾ, 70-80 ਲੱਖ ਜਦੋਂ ਉਹਨੂੰ ਚੇਤੇ ਆ ਨਾਲ ਹੀ ਉਹਦਾ 100 ਨੂੰ ਹੱਥ ਪੈ ਜਾਣਾ ਵਾ, ਉਹ 100 ਜਿਹੜਾ ਇਹਦੇ ਦਿਮਾਗ 'ਚ ਪਹੁੰਚ ਜਾਣਾ। ਇਹ ਬੇਵਕੂਫ ਬਣਾਇਆ ਜਾ ਰਿਹਾ ਲੋਕਾਂ ਨੂੰ, ਬਚ ਜਾਓ। ਸਾਈਕੋਲੋਜੀਕਲ ਤੁਹਾਨੂੰ ਜਿਹੜਾ ਵਾ ਬਲੈਕਮੇਲ ਬਲੈਕਮੇਲ ਕਰ ਰਹੇ ਨੇ, ਆਪਣੇ ਦਾਇਰੇ 'ਚ ਲਿਆ ਰਹੇ ਨੇ। ਅਤੇ ਆਪਾਂ ਹੁਣ ਡਾਕਟਰ ਦਲਗੀਰ ਸਾਹਿਬ ਨੂੰ ਲੈਂਦੇ ਹਾਂ ਅਤੇ ਤੁਸੀਂ ਸੁਣੋ ਛੋਟਾ ਜਿਹਾ ਗੀਤ, ਤਾਂ ਮੈਂ ਲੈਂਦਾ ਡਾਕਟਰ ਦਲਗੀਰ ਉਹਨਾਂ ਨੂੰ ਲਾਈਵ।